ਸਿਆਸਤ ਦਾ ਖੁਮਾਰ ਆ ਜਿਹੜਾ ਉਹ ਕਿਵੇਂ ਛਾਇਆ ਸੀ ਰਾਣਾ ਗੁਰਜੀਤ ਸਿੰਘ ਹੋਰਾਂ ਤੇ? ਜੱਟ ਜਾਗ ਗਿਆ, ਕਰਾਂ ਕੀ। ਤੁਹਾਡੀ ਪਾਰਟੀ ਨੇ ਕਾਂਗਰਸ ਨੇ ਇਹ ਐਲਾਨ ਕਰਤਾ ਵੀ ਅਸੀਂ ਮਿਸਤਰੀ ਕਾਨੂੰਨ ਗਰੰਟੀ ਕਾਨੂੰਨ ਲੈ ਕੇ ਆਵਾਂਗੇ, ਰਾਣੇ ਦਾ ਸਟੈਂਡ ਕਿਸਾਨਾਂ ਦੇ ਨਾਲ ਹੋਵੇ। ਫਿਰ ਪਾਰਟੀ ਨਾਲ, ਫਿਰ ਪਾਰਟੀ ਨਾਲ ਨਹੀਂ ਹੋਏਗਾ ਜੇ ਸਾਡੇ ਕਿਸਾਨਾਂ ਦੀ ਗੱਲ ਨਾ ਮੰਨੀ ਤਾਂ। ਤੁਸੀਂ ਯਾਰ ਇੱਕ ਪੰਨਾ ਹੀ ਤਾਂ ਚਾਹੀਦਾ, ਉੱਥੇ ਇਹ ਲਿਖਣਾ ਕਿ ਮੈਂ ਰਿਜ਼ਾਈਨ ਕੀਤਾ, ਹੋਰ ਇਹਦੇ ਉੱਪਰ ਕੀ ਗੱਲ ਹੈ, ਕਰ ਦਿਆਂਗੇ। ਰਾਣਾ ਜੀ, ਚਰਚਾਵਾਂ ਤੁਹਾਨੂੰ ਲੈ ਕੇ ਵੀ ਬੜੀਆਂ ਕਿਤੇ ਨਾ ਕਿਤੇ ਛਿੜ ਪੈਂਦੀਆਂ ਵੀ ਰਾਣਾ ਗੁਰਜੀਤ ਸਿੰਘ ਵੀ ਕਿਤੇ ਜੰਪ ਜੁੰਪੜਾ ਮਾਰ ਦਿੰਦੇ ਇੱਧਰ ਉੱਧਰ, ਘੇਰੀ ਤਾਂ ਵੱਡੀ ਕੁਰਸੀ ਦਿਖ ਜਾਂਦੀ। ਰਾਣੇ ਦਾ ਮੁੱਲ ਤਾਂ ਹੈ। ਸੀਟਾਂ 'ਤੇ ਆ ਜਾਓ, ਅਨੰਦਪੁਰ ਸਾਹਿਬ, ਖਡੂਰ ਸਾਹਿਬ, ਦੋਵਾਂ 'ਚ ਪਾਰਟੀ ਦੀ ਜੀ ਕਿੱਥੋਂ ਕਰਦਾ? ਛੱਡੋ ਯਾਰ, ਦੇਸ਼ 'ਚ ਸਿਆਸੀ ਮਾਹੌਲ ਗਰਮਾ ਚੁੱਕਿਆ, ਲੋਕ ਸਭਾ ਚੋਣਾਂ ਦਾ ਖੁਮਾਰ ਛਾਉਂਦਾ ਜਾ ਰਿਹਾ, ਹਰ ਪਾਸੇ ਜੋੜ ਤੋੜ, ਸੀਟਾਂ ਦੀ ਉਡੀਕ ਅਤੇ ਜਿੱਤ ਦੀ ਤਿਆਰੀ, ਆਪਣਾ ਆਪਣਾ ਜ਼ੋਰ ਹਰ ਕੋਈ ਪਾਰਟੀ ਵੱਲੋਂ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਹਾਲ ਫਿਲਹਾਲ ਦੀ ਘੜੀ ਤਾਂ ਲੀਡਰ ਟਿਕਟਾਂ ਦਾ ਜੋੜ ਤੋੜ ਕਰਨ 'ਚ ਰੁੱਝੇ ਨੇ ਅਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਇਹ ਤੋਲਮੋਲ ਕਰ ਰਹੀਆਂ ਨੇ ਕਿ ਭਾਈ ਟਿਕਟ ਦੇਣੀ ਕਿਹਨੂੰ ਆ, ਸਾਡੇ ਵਾਲਾ ਠੀਕ ਹੈ ਕਿ ਕਿਸੇ ਹੋਰ ਵਾਲੇ ਪਾਸੋਂ ਲੈ ਕੇ ਆਈਏ ਤਾਂ ਕਿ ਸੀਟ ਜਿੱਤੀ ਜਾ ਸਕੇ। ਸਿਰ ਧੜਦੀ ਬਾਜ਼ੀ ਵਾਲੇ ਹਾਲਾਤ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਵਿੱਚ ਲੱਗੇ ਹੋਏ ਨੇ, ਤਾਂ ਇੱਕ ਸਿਆਸੀ ਖਿਡਾਰੀ ਦੇ ਘਰ ਪਹੁੰਚੇ ਆ, ਸਿਆਸੀ ਖਿਡਾਰੀ ਰਾਣਾ। ਰਾਣਾ ਤੋਂ ਸਭ ਸਮਝ ਗਏ ਹੋਣਗੇ, ਰਾਣਾ ਗੁਰਜੀਤ ਸਿੰਘ। ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਸਿਆਸਤ ਦੇ ਖਿਡਾਰੀ ਨੇ ਉੱਥੇ ਵੱਡੇ ਬਿਜ਼ਨਸਮੈਨ ਵੀ ਨੇ ਅਤੇ ਵੱਡੇ ਕਿਸਾਨ ਵੀ ਨੇ। ਫਿਲਹਾਲ ਰਾਣਾ ਗੁਰਜੀਤ ਸਿੰਘ ਦੇ ਸ਼ਾਹੀ ਠਾਠ ਨੇ ਔਰ ਇਹ ਤੁਸੀਂ ਉਹਨਾਂ ਦੇ ਸੈਕਟਰ 4 ਵਾਲਾ ਘਰ ਦੇਖ ਰਹੇ ਹੋ, ਪਰ ਇਹ ਸੈਕਟਰ 4 ਦੇ ਇਸ ਸ਼ਾਹੀ ਠਾਠ ਵਾਠ ਵਾਲਾ ਰਾਜਸੀ ਜ਼ਿੰਦਗੀ ਜਿਉਣ ਵਾਲਾ ਰਾਣਾ ਗੁਰਜੀਤ ਸਿੰਘ ਸਿਆਸਤ ਦੇ ਚੱਕਰ 'ਚ ਪਿਆ ਹੋਇਆ ਕਿ ਸਿਆਸਤ ਦਾ ਐਸਾ ਕੀ ਮੋਹ ਹੈ ਕਿ ਕਹਿੰਦੇ ਨੇ ਕਿ ਇਸ ਸਭ ਦੇ ਨਾਲੋਂ ਸਿਆਸਤ ਬਹੁਤ ਜ਼ਰੂਰੀ ਆ। ਹਾਲਾਂਕਿ ਸਿਆਸਤ ਦੇ ਵਿੱਚ ਗਰਮੀ, ਸਰਦੀ, ਲੋਕਾਂ ਨੂੰ ਜਾ ਕੇ ਹੱਥ ਵੀ ਜੋੜਨੇ ਪੈਂਦੇ ਨੇ। ਰਾਣਾ ਜੀ, ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ? ਬਰਾੜ ਸਾਹਿਬ, ਆ ਸ਼ਾਹੀ ਠਾਠਵਾੜ ਤਾਂ ਮੈਂ ਦੇਖ ਰਿਹਾ, ਪਰ ਸ਼ਾਹੀ ਠਾਠਵਾੜ ਦੇ ਦੌਰਾਨ ਜਾ ਕੇ ਜਦੋਂ ਇੱਕ ਲੀਡਰ ਦੇ ਤੌਰ 'ਤੇ ਹੱਥ ਬੰਨਣੇ ਪੈਂਦੇ ਆ, ਠੀਕ ਲੱਗਦਾ? 25 ਸਾਲ ਹੋ ਗਏ ਇਹ ਕੰਮ ਕਰਦਿਆਂ, ਔਰ ਮੈਂ ਜੇ ਕਹਾਂ ਕਿ ਮੈਨੂੰ ਕੋਈ ਘਰੋਂ ਲੈਣ ਆਏ ਸੀ ਲੋਕ ਕਿ ਆ ਵੀ ਤੂੰ ਸਾਡਾ MLA ਬਣ, ਨਹੀਂ, ਮੈਂ ਆਪ ਗਿਆ। ਉਹਦਾ ਕਾਰਨ ਕੋਈ ਵੀ ਰਿਹਾ ਹੋਵੇ ਅਤੇ ਜਦੋਂ ਉਹਨਾਂ 'ਚ ਚਲੇ ਗਏ ਤਾਂ ਉਹਨਾਂ ਵਰਗੇ ਹੋ ਗਏ, ਅਤੇ ਮੇਰੇ ਹਲਕੇ 'ਚ ਆ ਕੇ ਦੇਖਿਓ। ਮੈਂ ਇੱਕ ਚੀਜ਼ ਸਮਝਣੀ ਚਾਹੂੰਗਾ ਕਿ ਇੱਕ ਵਧੀਆ ਕਾਰੋਬਾਰ, ਇੱਕ ਵਧੀਆ ਸੈਟਲ ਜ਼ਿੰਦਗੀ, ਤਾਂ ਉਸ ਜ਼ਿੰਦਗੀ ਦੇ ਦੌਰਾਨ ਸਿਆਸਤ ਦਾ ਖੁਮਾਰ ਆ ਜਿਹੜਾ ਉਹ ਕਿਵੇਂ ਛਾਇਆ ਸੀ ਰਾਣਾ ਗੁਰਜੀਤ ਸਿੰਘ ਹੋਰਾਂ 'ਤੇ? ਜਦੋਂ ਮੈਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੁਖਬੀਰ ਬਾਦਲ ਹੋਣਾ ਥੋੜ੍ਹਾ ਜਿਹਾ ਹੋ ਗਿਆ, ਇਸ ਕਰਕੇ ਆਪਾਂ ਸਿਆਸਤ 'ਚ ਆ ਗਏ, ਹੁਣ ਵਾਰ ਵਾਰ ਉਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਚਲੋ ਕੋਈ ਨਹੀਂ, ਹੁਣ ਆ ਗਏ ਸਿਆਸਤ 'ਚ, ਹੁਣ ਹੈਗੇ ਹਾਂ, ਔਰ ਬੇਟੇ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਸਿਆਸਤ 'ਚ ਆਊਗਾ, ਅਤੇ ਹਾਲਾਤ ਇਹੋ ਜਿਹੇ ਬਣੇ, ਉਹਨੂੰ ਵੀ ਚੈਲੰਜ ਕਰ ਦਿੱਤਾ ਗਿਆ, ਕਹਿੰਦੇ ਆ ਗਾਡਰ ਵਰਗਾ ਮੁੰਡਾ, ਪੁਲਿਸ ਵਾਲੇ ਦਾ ਪਿਸ਼ਾਬ ਕੱਢ ਦੂੰ, ਰਾਣੇ ਰਾਜੇ ਰਹਿਣ ਨਹੀਂ ਦੇਣਾ। ਯਾਰ ਫਿਰ ਅੰਦਰੋਂ ਜੱਟ ਜਾਗ ਗਿਆ, ਕਰਾਂ ਕੀ। ਸੁਲਤਾਨਪੁਰ ਫਿਰ ਮਾਲਕ ਨੇ ਕਿਰਪਾ ਕੀਤੀ, ਲੋਕਾਂ ਨੇ ਚੁਣ ਕੇ ਭੇਜ ਦਿੱਤਾ। ਮੈਨੂੰ ਯਾਦ ਹੈ ਜਦੋਂ ਰਾਣਾ ਇੰਦਰ ਪ੍ਰਤਾਪ ਹੋਰਾਂ ਨੂੰ ਤੁਸੀਂ ਸਿਆਸਤ 'ਚ ਲਿਆਉਣ ਦੀ ਤਿਆਰੀ ਕਰ ਰਹੇ ਸੀ, ਤਾਂ ਉਸ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ ਅਤੇ ਤੁਸੀਂ ਹਾਲਾਂਕਿ ਕਾਂਗਰਸੀ ਕਾਂਗਰਸਮੈਨ ਹੋ,
ਇੱਕ ਕਾਂਗਰਸਮੈਨ ਨੇ ਉਸ ਵੇਲੇ ਹੀ ਸਾਫ਼ ਤੌਰ 'ਤੇ ਕਹਿਤਾ ਸੀ ਕਿ ਭਾਈ ਚੋਣ ਤਾਂ ਮੁੰਡਾ ਵੀ ਲੜੂਗਾ, ਟਿਕਟ ਪਾਰਟੀ ਦੇ ਦੇ ਉੱਥੇ ਦਾ ਜਿਹੜਾ ਐਮ ਐਲ ਏ ਸੀ ਉਹਨੇ ਪਰਚੇ ਕਰਾਏ, ਡਰੱਗ ਵਿਕਾਈ, ਕਬਜ਼ੇ ਕੀਤੇ, ਲੋਕਾਂ ਨੂੰ ਅੰਦਰ ਕਰਾਇਆ, ਹਰ ਬੰਦੇ ਦੀ ਆਰਮ ਟਵਿਸਟਿੰਗ ਕੀਤੀ ਅਤੇ ਉਹ ਲੋਕਾਂ ਦੀ ਡਿਮਾਂਡ ਸੀ। ਨਹੀਂ ਪਰ ਉਸ ਵੇਲੇ, ਚਲੋ ਆਪਾਂ ਗੱਲ ਤਾਂ ਵੈਸੇ ਪੁਰਾਣੀ ਹੋ ਗਈ, ਉਸ ਵੇਲੇ ਤੁਸੀਂ ਕਾਂਗਰਸਮੈਨ, ਤੁਸੀਂ ਕਾਂਗਰਸੀ, ਕਾਂਗਰਸ ਦੇ ਉਮੀਦਵਾਰ, ਮੁੰਡਾ ਤੁਸੀਂ ਆਜ਼ਾਦ ਖੜਾ ਕਰਤਾ। ਉਸ ਵੇਲੇ ਆਮ ਸ਼ਾਇਦ ਕੋਈ ਲੀਡਰ ਹੋਵੇ ਤਾਂ ਉਹ ਸੋਚਦਾ ਕਿ ਯਾਰ ਮੇਰੇ 'ਤੇ ਨਾ ਕੋਈ ਪੰਗਾ ਪੈ ਜੇ। ਪੰਗੇ ਤਾਂ ਯਾਰ ਜਿੱਦਣ ਦੇ ਜੰਮੇ ਆ ਪੰਗੇ ਹੀ ਲੈ ਇੱਥੇ ਪਹੁੰਚੇ ਆ। ਇਹ ਤਾਂ ਜ਼ਿੰਦਗੀ ਸੋਚਿਆ ਹੀ ਕਦੇ ਨਹੀਂ ਕਿ ਯਾਰ ਪੰਗਾ, ਨੁਕਸਾਨ, ਨਫ਼ਾ, ਇਹ ਜ਼ਿੰਦਗੀ ਦਾ ਹਿੱਸਾ, ਨਫ਼ੇ ਨੁਕਸਾਨ ਹੋ ਜਾਂਦੇ ਆ, ਕਰਨਾ ਤਾਂ ਕਰਨਾ ਆ। ਉਹ ਜੇ ਹੋ ਗਿਆ ਤਾਂ ਹੋ ਗਿਆ, ਅਤੇ ਲੱਲੂ ਕਰੇ ਬਲੀਆਂ, ਰੱਬ ਸਿੱਧੀਆਂ ਪਾਵੇ, ਸਾਡੀਆਂ ਤਾਂ ਸਿੱਧੀਆਂ ਪਾਈਆਂ ਮਾਲਕ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਰਾਣਾ ਜੀ, ਸਿਆਸਤ ਦੇ ਵਿੱਚ ਤਾਂ ਤੁਸੀਂ ਫਿੱਟ ਬੈਠਦੇ ਹੋ, ਵੈਸੇ ਵੀ ਬੜੇ ਫਿੱਟ ਰਹਿੰਦੇ ਹੋ, ਐਕਟਿਵ ਵੀ, ਮੈਨੂੰ ਲੱਗਦਾ ਮੇਰੇ ਤੋਂ ਤਾਂ ਪੂਰਾ ਜ਼ਿਆਦਾ ਐਕਟਿਵ ਹੋਵੋਗੇ। ਅਸੀਂ ਤਾਂ ਫਿਰ ਥੱਕੇ ਥੁੱਕੇ 'ਚ ਕਈ ਵਾਰੀ ਦੇਖਦੇ ਹਾਂ, ਤੁਸੀਂ ਮੈਨੂੰ ਐਕਟਿਵ ਵੀ ਦੇਖਦੇ ਆ, ਚਿਹਰੇ 'ਤੇ ਸਮਾਈਲ ਵੀ ਦਿਖਦੀ ਆ, ਆ ਪਿੱਛੇ ਵੀ ਤਾਮ ਝਾਮ ਹੈ, ਵਾਹਵਾ ਦੇਖ ਰਿਹਾ, ਵਾਹਵਾ ਸਾਈਕਲ ਸੁੱਕੋ ਜੇ ਸਿਰੇ ਪਏ। ਇਹ ਕੋਵਿਡ ਦੌਰਾਨ ਸਾਰੇ ਬੱਚੇ ਸਾਈਕਲਿੰਗ ਕਰਦੇ ਸੀ, ਹੁਣ ਛੋਟਿਆਂ ਦੇ ਬੱਚਿਆਂ ਦੇ ਆ, ਹਰ ਬੱਚੇ ਦਾ ਆਪਣਾ ਆਪਣਾ ਸਾਈਕਲ ਹੈ। ਤੁਹਾਡਾ ਵੀ ਮੈਂ ਵੀ ਕਦੇ ਕਦੇ ਚਲਾ ਲੈਂਦਾ, ਜ਼ੋਰ ਜ਼ੋਰ ਲਾ ਲੈਂਦੇ, ਮੈਂ ਲਾ ਲੈਂਦੇ। ਅੱਛਾ ਰਾਣਾ ਜੀ, ਪਾਰਲੀਮੈਂਟ ਚੋਣਾਂ 'ਤੇ ਆਪਾਂ ਆ ਜਾਈਏ, ਚਰਚਾ ਬੜੀ ਚੱਲ ਰਹੀ ਹੈ ਕਿ ਕਹਿੰਦੇ ਰਾਣਾ ਜੀ ਤਿਆਰੀ ਕਰ ਰਹੇ ਨੇ, ਕਹਿੰਦੇ ਹੁਣ ਲੋਕ ਸਭਾ ਚੋਣ ਲੜਨੀ ਹੈ। ਇਹ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਚੋਣ ਰਾਣਾ ਇੰਦਰ ਪ੍ਰਤਾਪ ਸਿੰਘ ਲੜਨਗੇ। ਪੁੱਤਰ ਅਤੇ ਬਾਪੂ? ਬਾਪੂ ਕੰਪੇਨ ਕਰੇਗਾ, ਨਾਂ ਦਾ ਬਾਪੂ ਦਾ ਹੀ ਚੱਲਣਾ, ਲੜੇ ਜਿਹੜਾ ਮਰਜ਼ੀ, ਨਾਂ ਆਪਣਾ ਚੱਲੂਗਾ। ਹਲਕੇ ਕਿਹੜੇ ਤੋਂ ਲੜਨਾ? ਇਹ ਹੁਣ ਪਾਰਟੀ ਦੀ ਮਰਜ਼ੀ ਆ। ਤੁਸੀਂ ਕਿਹੜਾ ਚਾਹੁੰਦੇ ਹੋ? ਇੱਦਾਂ ਨਹੀਂ ਪੁੱਛੀਦਾ, ਦੋਵਾਂ 'ਤੇ ਚੱਲ ਰਹੀ ਆ। ਔਰ ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਸਰਵੇ ਕਰਾਇਆ ਗਿਆ, ਦੋਵਾਂ 'ਚ ਹੀ ਆਪਣਾ ਨਾਂ ਅੱਗੇ ਆ। ਅਤੇ ਬਾਕੀ ਕਿੱਧਰ ਜਾਣਗੇ ਜਿਹੜੇ ਪਹਿਲਾਂ ਬੈਠੇ ਆ? ਯਾਰ ਮੈਂ ਕਿਸੇ ਨੂੰ ਪਾਸੇ ਕਰਨ ਨਹੀਂ ਆਇਆ, ਜਿੱਥੇ ਪਾਰਟੀ ਦੀ ਟਿਕਟ ਦਊਗੀ। ਦੇਖੋ, ਇਲੈਕਸ਼ਨ ਜਿਹੜੀ ਆ ਉਹ ਐਮ ਐਲ ਏ ਅਤੇ ਪਾਰਟੀ ਦਾ ਕਾਡਰ ਹੁੰਦਾ, ਉਹਨੇ ਲੜਨੀ ਹੁੰਦੀ ਆ। ਇੱਕ ਚਿਹਰਾ ਅੱਛਾ, ਅਸੈਪਟੇਬਲ, ਜੇ ਤਾਂ ਲੋਕਾਂ ਨੂੰ ਵਿਸ਼ਵਾਸ ਹੋਵੇ, ਸੌਦਾ ਵਿਸ਼ਵਾਸ ਦਾ, ਭਰੋਸੇ ਦਾ, ਕਿ ਖੜੂਗਾ ਤਾਂ ਅਖੀਰ 'ਤੇ ਹੀ ਖੜੂਗਾ। ਵਾਹ ਗੱਲ ਹੈ, ਇੰਨੀ ਗੱਲ ਹੈ। ਪਰ ਰਾਣਾ ਜੀ, ਰਾਣਾ ਇੰਦਰ ਪ੍ਰਤਾਪ ਤਾਂ ਅਜੇ ਕਾਂਗਰਸ 'ਚ ਨਹੀਂ, ਉਹ ਤਾਂ ਆਜ਼ਾਦ ਨੇ। ਜਿੱਦਣ ਦਾ ਉਹਨਾਂ ਨੂੰ ਟਿਕਟ ਲਾਉਣ ਕਰਦੇ, ਉਹਦਾ ਦਾਦਾ ਕਾਂਗਰਸੀਆ ਸੀ, ਰਾਣਾ ਗੁਰਜੀਤ ਸਿੰਘ ਕਾਂਗਰਸੀਆ, ਉਹ ਜਿੱਦਣ ਲੜਿਆ ਉੱਦਣ ਉਹਨੇ ਕਿਹਾ ਕਿ ਟਿਕਟ ਜਿੱਤ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਪਾਉਣੀ ਆ। ਉਹ ਗੱਲ ਵੱਖਰੀ ਆ, ਸਾਡੀ ਸਟੇਟ ਦੇ ਕਾਂਗਰਸ ਦੇ ਲੀਡਰਾਂ ਨੇ ਨਹੀਂ, ਉਹਨਾਂ ਦੀ ਨਜ਼ਰ ਨਹੀਂ ਪਈ ਯਾਰ ਉਹਦੇ 'ਤੇ। ਮੈਂ ਤਾਂ ਨਜ਼ਰ ਨਹੀਂ ਪਈ, ਉੱਪਰਲੇ ਬੰਨੇ ਹੁੰਦੀ ਆ ਨਾ, ਇਹ ਅੱਗੇ ਹੁੰਦੇ ਨੇ ਮਾਨ ਸਾਹਿਬ ਵੱਲ ਨੂੰ, ਪਰ ਝੋਲੀ 'ਚ ਪਵਾਈ ਨਹੀਂ ਤੁਸੀਂ ਅਜੇ ਕਾਂਗਰਸ ਪੈ ਜਾਊ। ਪਰ ਇੱਕ ਚੱਕਰ ਉਹ ਦੂਜਾ ਨਾ ਪੈ ਜੇ, ਇੱਕ ਪਰਿਵਾਰ ਇੱਕ ਟਿਕਟ ਵਾਲਾ, ਕੋਈ ਚੱਕਰ ਨਹੀਂ। ਤਾਂ ਸੁਖਬੀਰ ਬਾਦਲ ਨੂੰ ਦੇ ਆ, ਅਕਾਲੀ ਦਲ ਨਹੀਂ ਕਹੂੰਗਾ, ਸੁਖਬੀਰ ਬਾਦਲ ਨੂੰ ਕਹਿ ਰਿਹਾ ਮੈਂ। ਉਹਨਾਂ ਦੇ ਆ ਕਿ ਵੀ ਹੁਣ ਜੇ ਭੈਣ ਲੜੂ ਤਾਂ ਭਰਾ ਨਹੀਂ ਲੜੂ। ਅੱਛਾ ਰਾਣਾ ਜੀ, ਤੁਸੀਂ ਕਹਿੰਦੇ ਹੋ ਕਿ ਰਾਣਾ ਇੰਦਰ ਪ੍ਰਤਾਪ ਲੜਨਗੇ, ਉਹ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਨੇ, ਤਾਂ ਪਹਿਲਾਂ ਵਿਧਾਇਕ ਲੜੇ ਨੇ, ਹੁਣ ਪਾਰਲੀਮੈਂਟ ਦਾ ਚਾਅ ਕਿਉਂ ਚੜਿਆ? ਪਾਰਲੀਮੈਂਟ ਲੋਕ ਚਾਹੁੰਦੇ ਆ,
ਅੱਜ ਤਾਈਂ ਕਿਸੇ ਨੇ ਪਾਰਲੀਮੈਂਟ 'ਚ ਕੀਤੀ ਖਾਲੀ ਲਿਪ ਸਰਵਿਸ ਕਰਨ ਦੀ ਗੱਲ ਮੇਰੇ ਮਨ 'ਚ ਆਇਆ ਯਾਰ ਮੈਂ ਕਿਸਾਨੀ 'ਤੇ ਬੋਲਦਾ ਇੰਦਰ ਕਿਸਾਨੀ 'ਤੇ ਬੋਲਦਾ ਢਾਈ ਗੱਲ ਹੈ ਜੀ ਨਹੀਂ ਗੱਲ ਇਹ ਨਹੀਂ ਉਹ ਕਦੇ ਕੋਈ ਸਮੱਸਿਆ ਤਾਂ ਦੱਸਣਾ ਹਰ ਬੰਦਾ ਦੱਸ ਸਕਦਾ ਤੁਸੀਂ ਕਦੇ ਸਾਨੂੰ ਦੱਸਿਆ ਬਗੈਰ ਦੇਖਿਆ ਮੈਨੂੰ ਤਾਂ ਇੰਦਰ ਪ੍ਰਤਾਪ ਨੂੰ ਵਿਧਾਨ ਸਭਾ 'ਚ ਅਸੀਂ ਕ੍ਰਿਟੀਸਾਈਜ਼ ਕਰਨ ਲਈ ਉੱਠਦੇ ਹਾਂ ਨੋ ਅਸੀਂ ਜੇ ਕੋਈ ਮੁੱਦਾ ਉਠਾਉਂਦੇ ਤਾਂ ਉਹਦਾ ਸੋਲਿਊਸ਼ਨ ਨਾਲ ਦਿੰਦੇ ਹਾਂ ਯਾਰ ਉਹ ਰਾਜਨੀਤੀ ਤਾਂ ਇਹ ਹੋਣੀ ਚਾਹੀਦੀ ਆ ਰਾਣਾ ਜੀ ਇੱਕ ਚੀਜ਼ ਨਹੀਂ ਲੱਗਦੀ ਕਿ ਲੀਡਰ ਆਪਦੀ ਕਨਵੀਨੀਅੰਟ ਦੇਖ ਲੈਂਦੇ ਆ ਇਕੱਲਾ ਤੁਹਾਡੀ ਨਹੀਂ ਤੁਸੀਂ ਚੱਬੇਵਾਲ ਦੀ ਗੱਲ ਕਰ ਲਓ ਤੁਸੀਂ ਆਪਣਾ ਸ਼ੀਤਲ ਉਂਗਰਾਲ ਦੀ ਗੱਲ ਕਰ ਲਓ ਸਾਰੀਆਂ ਪਾਰਟੀਆਂ ਦੀ ਗੱਲ ਕਰ ਲਓ ਲੀਡਰ ਨੂੰ ਪਹਿਲਾਂ ਠੀਕ ਲੱਗਦਾ ਕਿ ਮੈਂ ਹੁਣ ਵਿਧਾਨ ਸਭਾ ਲੜਨੀ ਹੈ ਫਿਰ ਉਹਨੂੰ ਠੀਕ ਲੱਗਦਾ ਨਹੀਂ ਨਹੀਂ ਮੈਂ ਤਾਂ ਪਾਰਲੀਮੈਂਟ ਲੜਨੀ ਹੈ ਫਿਰ ਜੋ ਵਿਧਾਨ ਸਭਾ ਆ ਜਾਂਦੇ ਉਹਨੂੰ ਕਹਿੰਦਾ ਲੱਗਦਾ ਕਿ ਨਹੀਂ ਮੈਂ ਹੁਣ ਵਿਧਾਨ ਸਭਾ ਫਿਰ ਲੜ ਲਾਂ ਮੰਤਰੀ ਬਣ ਜੂੰ ਬੋਝ ਤਾਂ ਆਮ ਜਨਤਾ 'ਤੇ ਪੈਂਦਾ ਇੱਕ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਇਹਦਾ ਕਸੂਰਵਾਰ ਮੈਂ ਪਾਰਟੀਆਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਠਹਿਰਾਵਾਂਗਾ ਜਦੋਂ ਕੋਈ ਪੋਲੀਟੀਕਲ ਪਾਰਟੀ ਬਾਹਰੋਂ ਬੰਦੇ ਲਿਆ ਕੇ ਆਉਂਦਾ ਸਾਡੀ ਪਾਰਟੀ ਦੀ ਗੱਲ ਕਰ ਲਓ ਅਸੀਂ ਤਿੰਨ ਚਾਰ ਲਿਆਂਦੇ ਅੱਜ ਉਹ ਕਿੱਥੇ ਆ ਅੱਜ ਸਾਡੀ ਪਾਰਟੀ 'ਚ ਹੈ ਨਹੀਂ ਫਿਰ ਸਤਿ ਸ਼੍ਰੀ ਅਕਾਲ ਕਰ ਗਏ ਹਾਂਜੀ ਫਿਰ ਸਤਿ ਸ਼੍ਰੀ ਅਕਾਲ ਕਰ ਗਏ ਇਸੇ ਤਰ੍ਹਾਂ ਅਗਰ ਕੋਈ ਬੀਜੇਪੀ ਜਾ ਰਿਹਾ ਜਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਜਾ ਰਹੀ ਆ ਅੱਜ ਕਿਉਂ ਕਹਿ ਰਹੇ ਆਮ ਆਦਮੀ ਪਾਰਟੀ ਕਿਉਂ ਕਹਿ ਰਹੀ ਵੀ ਜਿਹੜੇ ਚਾਰ ਅਸੀਂ ਹਲਕੇ ਛੱਡੇ ਵਾਲੇ ਟਿਕਟਾਂ ਨਹੀਂ ਦਿੱਤੀਆਂ ਉਹ ਅਸੀਂ ਵਲੰਟੀਅਰਸ ਨੂੰ ਦੇਵਾਂਗੇ ਰਾਣਾ ਜੀ ਨਹੀਂ ਲੱਗਦਾ ਬਈ ਰਾਜ ਸਭਾ ਜਦੋਂ ਦਿੱਤੀ ਉਹ ਵਲੰਟੀਅਰਸ ਨੂੰ ਦਿੱਤੀ ਜਦੋਂ ਤੁਸੀਂ ਬਾਕੀ ਦੀਆਂ ਟਿਕਟਾਂ ਦਿੱਤੀਆਂ ਵਲੰਟੀਅਰਸ ਨੂੰ ਦਿੱਤੀਆਂ ਨਹੀਂ ਦਿੱਤੀਆਂ ਇਸੇ ਤਰ੍ਹਾਂ ਜਿਹੜੇ ਬੀਜੇਪੀ 'ਚ ਅੱਜ ਜਾ ਰਹੇ ਆ ਕਈ ਤਾਂ ਵਾਪਸ ਆ ਗਏ ਉਹਨਾਂ ਦਾ ਵੈਲਕਮ ਆਪਣੀ ਪਾਰਟੀ ਆਪਣੀ ਹੁੰਦੀ ਹੈ ਰਾਣਾ ਜੀ ਨਹੀਂ ਲੱਗਦਾ ਕਿ ਕੁਝ ਬਦਲਾਅ ਦੀ ਚੇਂਜਸ ਦੀ ਲੋੜ ਹੈ ਕਿ ਇਹ ਖਰਚਾ ਵੀ ਡਿਸਾਈਡ ਹੋ ਜਾਵੇ ਫਿਰ ਜਿਹੜੇ ਲੀਡਰ ਨੂੰ ਇੱਕ ਕੁਰਸੀ ਛੱਡ ਕੇ ਦੂਜੀ ਵੱਲ ਮੋਹ ਜਾਗਦਾ ਅਤੇ ਉਹਦਾ ਖਰਚਾ ਹੀ ਕਿਉਂ ਨਾ ਉਹ 'ਤੇ ਪੈ ਜੇ ਨਹੀਂ ਗੱਲਾਂ ਤੁਹਾਡੀਆਂ ਬਿਲਕੁਲ ਦਰੁਸਤ ਹੈ ਹੁਣ ਅਗਰਿੰਦਰ ਪ੍ਰਤਾਪ ਜਾਂ ਕੋਈ ਆਪਣੀ ਪਾਰਟੀ 'ਚੋਂ MLA MP ਦੀ ਸੀਟ ਲੜਦਾ ਉਹ ਵਕੇਟ ਹੋ ਜਾਂਦੀ ਆ ਅਤੇ ਖਰਚਾ ਹੋਣਾ ਖਰਚਾ ਲੋਕਾਂ ਦਾ ਕੁਰਸੀ ਲੀਡਰ ਦੀ ਕੁਰਸੀ ਦੀ ਨਹੀਂ ਗੱਲ ਸਵਾਲ ਇਸ ਗੱਲ ਦਾ ਕਿ ਮੁਲਕ ਅੱਜ ਕਿੱਧਰ ਨੂੰ ਜਾ ਰਿਹਾ ਰਾਣਾ ਜੀ ਤੁਹਾਡੇ ਘਰ ਵਾਲੀਆਂ ਕੁਰਸੀਆਂ ਵੇਖ ਲਈ ਆਪਾਂ ਜੋ ਬਾਹਰੋਂ ਤਾਂ ਮੈਂ ਦਿਖਾਤਾ ਦਿਲ ਵੇਖੋ ਯਾਰ ਕੁਰਸੀਆਂ 'ਚ ਕੀ ਹੈ ਕੁਰਸੀਆਂ ਵੀ ਦੇਖ ਲੈਣ ਲੋਕ ਕੁਰਸੀਆਂ 'ਚ ਕੱਚੀ ਆ ਜਾਓ ਦਿਖਾ ਦਿਓ ਤੁਹਾਡੇ ਘਰ ਦਾ ਵੀ ਰੌਣਕ ਮੇਲਾ ਚਲੋ ਪਰ ਗੱਲਾਂ ਸਿਆਸੀ ਹੋਣਗੀਆਂ ਚਲੋ ਅੱਛਾ ਰਾਣਾ ਜੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਪਾਰਟੀ ਦੇ ਅੰਦਰ ਹਲੇ ਐਸਾ ਕੀ ਚੱਲ ਰਿਹਾ ਕਿ ਹਲੇ ਟਿਕਟਾਂ ਫਾਈਨਲ ਨਹੀਂ ਹੋ ਪਾ ਰਹੀਆਂ ਮੇਰਾ ਆਪਣਾ ਮੰਨਣਾ ਆ ਕਿ ਜਿੰਨਾ ਟਾਈਮ ਘੱਟ ਦਿੱਤਾ ਜਾਵੇ ਕੈਂਡੀਡੇਟ ਨੂੰ ਪਕਾਈ ਮਾਰਨ ਦਾ ਓਨਾ ਚੰਗਾ 2 ਮਹੀਨੇ ਕੰਪੇਨ ਕਰਨੀ ਬੜੀ ਔਖੀ ਆ ਕਿੱਦਾਂ ਬਿਆਨ ਕਾਂਡ ਕਰ ਦਿੰਦਾ ਹੈ ਮੇਰੇ ਹਿਸਾਬ ਨਾਲ ਤਾਂ ਇਹ 3 ਮਹੀਨੇ ਦੇ ਅਖੀਰ 'ਚ ਕਰਨੀ ਚਾਹੀਦੀ ਅਨਾਊਂਸ ਭਾਈ ਯਾਰ ਜਿਹਨੇ ਜਿੱਤਣਾ ਉਹਨੇ ਜਿੱਤਣਾ ਜਿਹਨੇ ਕੰਪੇਨ 60 ਦਿਨਾਂ 'ਚ ਨਹੀਂ ਕਰ ਪਾਉਣੀ ਕਈ ਇਹੋ ਜਿਹੇ ਵੀ ਹੋਣੇ ਆ ਅਤੇ 30 ਦਿਨ ਥੋੜ੍ਹੇ ਹੁੰਦੇ ਆ ਬਹੁਤ ਹੁੰਦੇ ਆ ਅੱਛਾ ਵੇਣੇ ਕਿਉਂ ਮੁਕਾਬਲੇ 'ਚ ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਕਿੱਥੇ ਕੁ ਸਟੈਂਡ ਕਰਦੀ ਹੈ ਅਤੇ ਕਾਂਗਰਸ ਦਾ ਮੁਕਾਬਲਾ ਕਿਹਦੇ ਨਾਲ ਹੋਣ ਵਾਲਾ ਦੇਖੋ ਇਹ ਤਾਂ ਸਮੇਂ ਦੱਸੂਗਾ ਲੇਕਿਨ ਮੈਂ ਇੱਕ ਗੱਲ ਜਾਣਦਾ ਕਿ ਲੋਕਾਂ ਨੇ ਅਕਾਲੀ ਦਲ ਦਾ ਜਿਹੜਾ ਬਗਰਾੜੀ ਬੇਅਦਬੀ ਉਹ ਤੋਂ ਜਾਨ ਨਹੀਂ ਛੁੱਟੀ ਲੇਕਿਨ ਸਾਰਿਆਂ ਨੂੰ ਵੱਡੀ ਗੱਲ ਹੁਣ ਜਿਹੜੀ ਨਵੀਂ ਹੋਈ ਆ 12 ਮਹੀਨੇ ਕਿਸਾਨ ਉੱਥੇ ਰਹੇ ਦਿੱਲੀ ਬਾਰਡਰ 'ਤੇ ਸ਼ੰਭੂ ਆਪਣੇ ਬਾਰਡਰ ਦੇ ਉੱਤੇ ਅੰਦੋਲਨ ਕੀਤਾ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ BJP ਨੇ ਕਿ ਤੁਹਾਡੀਆਂ ਇਹ ਤਿੰਨੋਂ ਜਿਹੜੀਆਂ ਡਿਮਾਂਡਸ ਆ ਇਹ ਅਸੀਂ ਵਾਪਸ ਲੈ ਲਾਂਗੇ ਧਰਨਾ ਚੱਕੋ ਕਿਸਾਨ ਖੁਸ਼ੀ 'ਚ ਧਰਨਾ ਚੱਕ ਕੇ ਵਾਪਸ ਆ ਗਏ ਔਰ
ਉਸ ਵੇਲੇ ਜਿਹੜੇ ਉਹਨਾਂ ਦੇ ਪਾਰਟਨਰ ਸੀਗੇ ਉਹ ਕੌਣ ਸੀ? ਅਕਾਲੀ ਦਲ ਸੀ। ਅਕਾਲੀ ਦਲ ਉਹਨਾਂ ਦਾ ਪਾਰਟਨਰ ਸੀ। ਕੈਬਨਿਟ ਮੀਟਿੰਗ ਤਾਂ ਹੀ ਉਹਨਾਂ ਨੇ ਇਹਨੂੰ ਅਪੋਜ਼ ਨਹੀਂ ਕੀਤਾ ਪਾਸ ਕਰਨ ਵਾਲਿਆਂ 'ਚੋਂ, ਆ ਫਿਰ ਆਪਣੇ ਨਾਤੇ ਉਹਨਾਂ ਨੂੰ ਤੋੜ ਦਿੱਤੇ ਬੀਜੇਪੀ ਨਾਲ। ਤਾਂ ਲੋਕ ਤੁਹਾਡਾ ਖਿਆਲ ਆ ਇਹ ਸਾਰੀਆਂ ਗੱਲਾਂ ਨਹੀਂ ਜਾਣਦੇ? ਇਹ ਮੇਨ ਗੇਟ ਆ ਜੀ, ਇਹ ਮੇਨ ਇੰਟਰੈਂਸ ਆ ਤੁਹਾਡੇ ਘਰ ਦਾ। ਤਾਂ ਇੱਥੋਂ ਜਦੋਂ ਬੰਦਾ ਅੰਦਰ ਆਉਂਦਾ ਤਾਂ ਪਹਿਲਾਂ ਡਰਾਇੰਗ ਰੂਮ ਵਾਲੇ ਪਾਸੇ ਜਿਹਦਾ ਦਿਲ ਜਿੱਧਰ ਕਰੇ ਉੱਧਰ ਆ ਜਾ, ਸਾਡੇ ਤਾਂ ਦਰਵਾਜ਼ੇ ਔਰ ਦਿਲ ਖੋਲ ਲੰਘ ਜਾਓ, ਪੜਾ ਸੱਜੇ ਲੰਘ ਜਾਓ, ਜਿੱਧਰ ਜਿਹਦਾ ਮਨ ਸੱਜੇ ਲੰਘ ਚੱਲੋ। ਦੇਖੋ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋ ਰਿਹਾ ਸੀਗਾ ਆਲਮੋਸਟ ਫਾਈਨਲ, ਲੇਕਿਨ ਕਿਸਾਨਾਂ ਨੇ ਫਿਰ ਅੰਦੋਲਨ ਛੇੜ ਦਿੱਤਾ ਅਤੇ ਅਕਾਲੀ ਦਲ ਨੇ ਸੋਚਿਆ ਕਿ ਸਾਨੂੰ ਫਾਇਦਾ ਨਹੀਂ ਨਾ ਗੱਠਜੋੜ ਦਾ, ਕਿਉਂ ਕਿਸਾਨ ਹੁਣ ਦੇਖੋ ਜਗ੍ਹਾ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਆ ਬੀਜੇਪੀ ਦੇ ਕੈਂਡੀਡੇਟਸ ਦਾ। ਸੋ ਜੇ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਇਹਨਾਂ ਦਾ ਗੱਠਜੋੜ ਹੁੰਦਾ, ਉਹਨਾਂ ਦਾ ਵੀ ਵਿਰੋਧ ਹੋਣਾ ਸੀ। ਰਾਣਾ ਜੀ ਤੁਸੀਂ ਵੀ ਸੱਤਾ ਦੇ ਵਿੱਚ ਦੇਖੋ ਮੰਤਰੀ ਵੀ ਰਹੇ, ਸੱਤਾ ਦੇ ਵਿੱਚ ਵੀ ਤੁਸੀਂ ਰਹੇ ਹੋ ਔਰ ਕੇਂਦਰ ਦੇ ਵਿੱਚ ਵੀ ਲੰਮਾ ਟਾਈਮ ਸਰਕਾਰ ਹੈ ਜਿਹੜੀ ਕਾਂਗਰਸ ਦੀ ਰਹੀ, ਜਦੋਂ ਸਾਹਮਣੇ ਜਾ ਕੇ ਬੈਠ ਜਾਂਦੇ ਹੈ ਉਦੋਂ ਹੀ ਕਿਉਂ ਸਾਰੀ MSP ਸਾਰਾ ਕੁਛ ਯਾਦ ਹੋ ਜਾਂਦਾ? ਹੁਣ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਪਾਤਾ, ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਯਾਦ ਆਈਆਂ? ਇਹ ਪਹਿਲਾਂ ਦੇਖੋ MSP ਕਿਹਨੇ ਚਾਲੂ ਕੀਤੀ? ਕਾਂਗਰਸ ਪਾਰਟੀ ਨੇ ਨਹੀਂ, ਪਰ ਸਵਾਮੀਨਾਥਨ ਅੱਜ ਦੀ ਧਰਨੀ ਜੀ, ਉਹ ਤਾਂ ਰਿਪੋਰਟ ਵੀ ਮਤਲਬ ਪੰਨੇ ਵੀ ਉਹਦੇ ਅੰਦਰ ਸਿਉਂਕ ਲੱਗ ਗਈ। ਉਹ ਸਵਾਮੀਨਾਥਨ ਰਿਪੋਰਟ ਇੱਕ ਇਸ਼ੂ ਹੈ ਜਿਹਨੂੰ ਐਡਰੈਸ ਕਰਨ ਬਾਰੇ 2014 ਦੇ ਵਿੱਚ ਸਾਡੀ ਪਾਰਟੀ ਨੇ ਕਿਹਾ ਵੀ ਸੀ ਵੈਨ ਵੀ ਕਮ ਇਨ ਟੂ ਪਾਵਰ, ਅਤੇ ਇਹੀ ਚੀਜ਼ BJP ਨੇ ਕਹੀ ਸੀ। ਅਤੇ ਉਹਨਾਂ ਨੇ 10 ਸਾਲ ਰਾਜ ਕਰ ਲਿਆ, ਸਵਾਮੀਨਾਥਨ ਕਿਤੇ ਨਹੀਂ, ਰਿਪੋਰਟ ਹੀ ਹੈ ਨਹੀਂ ਕਿਤੇ। ਉਹ ਕਹਿੰਦੇ ਨੇੜੇ ਤੇੜੇ ਕਰ ਰਹੇ ਸੀ, ਨੇੜੇ ਤੇੜੇ ਤਾਂ ਇਹ ਕੌਣ ਹੁੰਦੇ ਕਰਨ ਵਾਲੇ? ਗੱਲ ਸਵਾਮੀਨਾਥਨ ਰਿਪੋਰਟ ਦੀ ਹੋ ਰਹੀ ਹੈ, ਸਵਾਮੀਨਾਥਨ ਰਿਪੋਰਟ ਦੀ ਗੱਲ ਕਰੋ, ਨੇੜੇ ਤੇੜੇ ਦਾ ਕਿਆ ਮਤਲਬ? ਤੁਸੀਂ ਖੁਦ ਕਿਸਾਨ, ਤੁਸੀਂ ਕਿਸਾਨੀ ਕਿੱਤੇ ਦੇ ਨਾਲ ਦਿਲੋਂ ਜੁੜੇ ਹੋਏ, ਤੁਸੀਂ ਮੰਤਰੀ ਵੀ ਰਹਿ ਗਏ ਪੰਜਾਬ ਕੈਬਨਿਟ ਦੇ ਵਿੱਚ, ਅਤੇ ਜਿਵੇਂ ਇਹ ਵੀ ਦਾਅਵਾ ਕੀਤਾ ਜਾਂਦਾ ਕਿ ਸਟੇਟ ਹੈ ਜਿਹੜੀ ਘੱਟੋ ਘੱਟ ਉਹਦਾ ਮਾਰਜਨ ਦੇ ਸਕਦੀ ਹੈ, ਕੁਝ ਕਰ ਸਕਦੀ ਹੈ, ਅਤੇ ਤੁਸੀਂ ਉਸ ਵੇਲੇ ਕੀ ਕੀਤਾ? ਕਿਸਾਨ ਦੀ ਗੱਲ ਤਾਂ ਨਹੀਂ ਹੋਈ, ਸਟੇਟ ਮਾਰਜਨ ਕਿੱਧਰੋਂ ਦੇ ਦੇਗੀ? ਸੈਂਟਰ 'ਚ ਰੌਲਾ ਪਾਉਣਾ ਸੀ ਮਾੜਾ ਮੋਟਾ ਯਾਰ, ਸੈਂਟਰ 'ਚ ਹੁਣ ਜਿਹਨਾਂ ਦੀ ਸਰਕਾਰ ਸੀ ਉਹਨਾਂ ਨੇ ਰੌਲਾ ਪਾਉਣਾ ਸੀ ਆਪਦੇ ਵੇਲੇ ਵੀ ਮਾੜੀ ਮੋਟੀ ਗੈਰੀ ਛੇੜਨੀ ਸੀ? ਇੱਕ ਮਿੰਟ ਜੀ, ਮੈਂ ਤਾਂ 10 ਸਾਲ ਤੋਂ ਪਹਿਲਾਂ ਦੀ ਗੱਲ ਕਰਦਾ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਸਵਾਮੀਨਾਥਨ ਨੂੰ ਬਹੁਤ ਕੁਝ ਕਰਨਾ ਚਾਹੀਦਾ, ਬਹੁਤ ਕੁਝ ਕਰਨ ਦੀ ਲੋੜ ਆ, ਔਰ ਤਾਂ ਹੀ ਉਹਦੇ ਇਦਾਂ ਦੇ ਨੌਜਵਾਨ ਭੇਜਾਂਗੇ ਜਿਹਨਾਂ ਨੂੰ ਅੱਜ 2.5 ਲੱਖ ਤੋਂ 3 ਲੱਖ ਏਕੜ ਦਾ, ਚਾਹੇ ਉਹ ਗੰਨਾ ਹੋਵੇ ਚਾਹੇ ਉਹ ਚੁਕੰਦਰ ਹੋਵੇ, ਅੱਜ ਪੀੜ ਰਹੇ ਅਸੀਂ, ਬਜਾ ਰਹੇ, ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਮਤਲਬ 2.5-3 ਲੱਖ ਏਕੜ ਦੀ ਖੇਤੀ ਕਰਾ ਰਹੇ ਹਾਂ। ਅਤੇ ਜਿੰਨੀ ਨੌਲੇਜ ਹੁਣ ਇੰਦਰ ਪ੍ਰਤਾਪ ਅੱਜ ਜੇ 5-6 ਮਿੰਟਾਂ 'ਚ 2.5 ਲੱਖ ਏਕੜ ਪੀੜ ਰਿਹਾ ਗੰਨਾ, ਤਾਂ ਉਹਨੂੰ ਇੰਨਾ ਡਾਊਟ ਖੇਤੀ ਬਾਰੇ ਪਤਾ, ਚੁਕੰਦਰ ਇਸ ਡਾਈਵਰਸੀਫਿਕੇਸ਼ਨ ਉਹਦੇ ਬਾਰੇ ਪਤਾ। ਔਰ ਬੜੀ ਮਜ਼ੇਦਾਰ ਤੁਹਾਨੂੰ ਮੈਂ ਗੱਲ ਦੱਸਾਂ, ਆ ਇੰਦਰ ਦੀ ਕਾਢ ਹੈ ਮੇਰੀ ਨਹੀਂ, ਕਹਿੰਦਾ ਵੀ 47% ਜਾਂ 48% ਜਿਹੜਾ ਨੈਸ਼ਨਲ ਪੂਲ ਦੇ ਵਿੱਚ ਵੀਟ ਪੰਜਾਬ ਦਿੰਦਾ, ਅਤੇ ਜ਼ਿਮੀਂਦਾਰਾਂ ਦਾ ਰੌਲਾ ਇਹ ਆ ਕਿ ਭਾਈ ਸਾਡੀ ਫਸਲ ਦਾ ਭਾਅ ਨਹੀਂ ਵਧਾਉਂਦੇ। ਕਹਿੰਦਾ ਇਹਦਾ ਸਿਸਟਮ ਬਿਲਕੁਲ ਸਾਦਾ ਜਿਹਾ, ਸਿੰਪਲ। ਹੁਣ ਅਸੀਂ ਕਹੀਏ ਕਿ ਬਈ ਕਿ ਆਪਾਂ ਕਣਕ ਬੀਜਣੀ ਘਟਾ ਦਈਏ, ਤਾਂ ਬੀਜੀਏ ਕੀ? ਉਹਦਾ ਅਲਟਰਨੇਟਿਵ ਵੀ ਹੈਗਾ, ਇਹ ਕਿਸਾਨ ਯੂਨੀਅਨਾਂ ਨੂੰ ਵੀ ਮਿਲਾਂਗੇ, ਉਹਨਾਂ ਦੇ ਵਿਚਾਰ ਵੀ ਇਹਦੇ 'ਤੇ ਲਾਂਗੇ। ਇੱਥੇ ਕੰਮ ਕਰਨ ਦੀ ਲੋੜ ਹੈ, ਹੋ ਸਕਦਾ ਜੋ ਇੰਦਰ ਦੇ ਮਨ 'ਚ ਬਿਲਕੁਲ ਗਲਤ ਹੋਏ, ਹੋ ਸਕਦਾ ਕਿਸਾਨ ਉਹਨੂੰ ਰਿਜੈਕਟ ਹੀ ਕਰ ਦੇਣ, ਕੋਈ ਜ਼ਰੂਰੀ ਨਹੀਂ ਆ। ਲੇਕਿਨ ਇੱਕ ਫੁਰਨਾ ਕਿ 27% ਧਰਤੀ ਜਿਹੜੀ ਹੈ ਪੰਜਾਬ ਦੀ, ਉਹ ਅਸੀਂ ਨਹਿਰਾਂ ਰਾਹੀਂ ਪਾਣੀ ਲਾ ਕੇ ਸਿੰਜਦੇ ਹਾਂ, ਟਿਊਬਵੈੱਲ ਦਾ ਪਾਣੀ ਅਸੀਂ ਕੱਢ ਕੇ ਕਿੰਨੀ ਦੇਰ ਜ਼ਿਆਦਾ ਇਸਤੇਮਾਲ ਕਰਾਂਗੇ? ਜਿੰਨਾ ਜ਼ਿਆਦਾ ਕੱਢਾਂਗੇ ਉਨੇ ਸਾਲ ਘੱਟ ਰਹਿ ਜਾਣਗੇ ਪਾਣੀ ਦੇ। ਸੋ ਨਹਿਰ ਦਾ ਪਾਣੀ ਚਾਹੇ ਅਸੀਂ ਨਰਮਾ ਬੀਜੀਏ ਚਾਹੇ ਅਸੀਂ ਕਣਕ ਬੀਜੀਏ, ਉਹ ਤਾਂ ਲੱਗਣਾ ਹੀ ਲੱਗਣਾ।
ਸੋ ਗੱਲ ਹੈ ਕਿ ਵੀ ਫਰਵਰੀ ਮਾਰਚ ਦੇ ਵਿੱਚ ਕਾਟਨ ਬੈਲਟ ਦੇ ਵਿੱਚ ਜਾਂ ਜਿੱਥੇ ਜਿੱਥੇ ਨਹਿਰ ਦਾ ਪਾਣੀ ਲੱਗਦਾ ਉੱਥੇ ਮੱਕੀ ਬੀਜੀਏ ਔਰ ਮੱਕੀ 80,000 ਤੋਂ 1,00,000 ਰੁਪਈਏ ਤਾਈਂ ਦੀ ਫਸਲ ਇੱਕ ਫਸਲ ਹੋ ਜਾਂਦੀ ਹੈ। ਰਾਣਾ ਜੀ ਤੁਸੀਂ ਸਾਖਤਾ ਲਾ ਲੈਂਦੇ ਹੋ ਆਪਦੇ ਵਾਲੇ ਹਿਸਾਬ ਨਾਲ, ਜਿਹੜਾ ਆਮ ਜ਼ਿਮੀਦਾਰ ਹੈ ਨਾ ਜੀ, ਉਹਦਾ ਡਰਾਇੰਗ ਰੂਮ ਤੁਹਾਡੇ ਵਰਗਾ ਨਹੀਂਗਾ, ਉਹਦਾ ਕਾਰੋਬਾਰ ਤੁਹਾਡੇ ਵਰਗਾ ਨਹੀਂਗਾ, ਉਹਨੂੰ ਤਾਂ ਬੀਜ ਦਾ ਫਿਕਰ ਪਿਆ। ਆਮ ਜ਼ਿਮੀਦਾਰ ਨੂੰ ਤਾਂ ਇਹ ਲੱਗਦਾ ਹੈ ਵੀ ਜੇ ਮੈਂ ਕੋਈ ਇੱਕ ਫਸਲ ਬੀਜੀ ਪਹਿਲਾਂ ਤਾਂ ਉਹਨੇ ਬੀਬੂ ਦਾ ਹਿਸਾਬ ਕਿਤਾਬ ਲਾਉਣਾ, ਫਿਰ ਬਿਜਾਈ ਕਰਾਈ, ਜੇ ਫਸਲ ਹੋ ਗਈ ਉਦੋਂ ਬਾਅਦ ਉਹਨੂੰ ਵਿਚਾਰੇ ਨੂੰ ਇਹ ਲੱਗਦਾ ਵੀ ਮੇਰੀ ਫਸਲ ਵਿਕਣੀ ਨਹੀਂ, ਬੀਜ ਦੇ ਪ੍ਰਬੰਧ ਵਿਕੀ ਤਾਂ ਅੱਧੇ ਮੁੱਲ ਨਹੀਂ ਵਿਕਣੀ, ਨਹੀਂ ਬੀਜ ਦੇ ਪ੍ਰਬੰਧ ਕਿਹਨੇ ਕਰਨੇ? ਸਰਕਾਰ ਨੇ। ਔਰ ਜਿਹੜਾ ਇੱਥੇ ਤਾਂ ਆ ਕੇ ਗੱਲ ਸਭ ਦੇਖੋ, ਔਰ ਜਿੱਥੇ ਤੁਸੀਂ ਮੇਰੇ ਡਰਾਇੰਗ ਰੂਮ ਦੀ ਗੱਲ ਕਰਦੇ ਹੋ ਨਾ, ਮੈਂ ਛੱਪਰਾਂ 'ਚ ਰਿਹਾ, ਜੇ ਮਾਲਕ ਦੇ ਉਹ ਛੱਪਰ ਕਿੱਥੇ ਸੀ? UP ਦੇ ਵਿੱਚ। ਅਸੀਂ ਜੰਗਲਾਂ ਜਦੋਂ ਜ਼ਮੀਨਾਂ ਠੇਕੇ ਤੇ, ਇਹ ਨਹੀਂ ਕਿ ਸਾਡੇ ਕੋਲ ਘਰ ਨਹੀਂ ਸੀ, ਸਾਡੇ ਕੋਲ ਘਰ ਇੱਦਾਂ ਦਾ UP ਅੱਜ ਵੀ ਆ। ਇੱਥੇ ਤਾਂ ਲੋਕਾਂ ਦੀ ਮਜਬੂਰੀ 'ਚ ਛੱਪਰ 'ਚ ਰਹਿਣਾ ਪੈਂਦਾ, ਤੁਸੀਂ ਤਾਂ ਸ਼ੌਂਕ ਨੂੰ ਰਹਿੰਦੇ ਹੋ। ਸ਼ੌਂਕ ਨੂੰ ਨਹੀਂ, ਮੈਂ ਰਹਿੰਦਾ ਸੀ ਜਦੋਂ ਜੰਗਲ ਦੀ ਜ਼ਮੀਨ ਠੇਕੇ 'ਤੇ ਰਹਿਣੀ 500 ਕਿੱਲਾ, ਉੱਥੇ ਹੁਣ ਮਕਾਨ ਥੋੜ੍ਹਾ ਨਾ ਪਾ ਦੇਣਾ 3 ਸਾਲਾਂ ਬਾਅਦ, ਤਾਂ ਛੱਡ ਕੇ ਜਾਣਾ, ਉੱਥੇ ਛੱਪਰ 'ਚ ਰਹੀਦਾ ਸੀ। ਅਸੀਂ ਤਾਂ ਜੇ ਸਾਲ 'ਚ ਵੀ ਰਹੇ ਖੁਸ਼ ਰਹੇ ਹਾਂ, ਮਾਲਕ ਦੀ ਕਿਰਪਾ ਰਹੀ ਆ ਔਰ ਮਿਹਨਤ ਕਰਕੇ ਅੱਜ ਇੱਥੇ ਪਹੁੰਚੇ ਹਾਂ। ਕਰਦੇ ਕੀ ਆ ਰਾਣਾ ਜੀ, ਫਿਰ ਇੱਕ ਉੱਥੇ ਆ ਜਾਓ, ਜਦੋਂ ਤੁਸੀਂ ਕੈਬਨਿਟ 'ਚ ਸੀ, ਜਦੋਂ ਤੁਸੀਂ ਪਾਵਰ 'ਚ ਸੀ, ਤਾਂ ਉਦੋਂ ਜ਼ਹਿਨ ਦੇ ਵਿੱਚ ਦੇਖੋ, ਗੱਲਾਂ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਕਰਦਾ ਤਾਂ ਤੁਸੀਂ ਇਹ ਗੱਲ ਕਰਦੇ ਹੋ, ਪਰ ਉਦੋਂ ਕਦੇ ਐਸਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਕਿ ਯਾਰ ਆਹ ਰਸਤੇ ਕਿਸਾਨ ਮੇਰੇ ਵਰਗਾ ਡਰਾਇੰਗ ਰੂਮ ਤਾਂ ਬੇਸ਼ੱਕ ਨਹੀਂ, ਪਰ ਚਲੋ ਇਹਦੇ ਨਾਲ ਮਿਲਦਾ ਜੁਲਦਾ ਸੋਫਾ ਜ਼ਰੂਰ ਉਹਦੇ ਘਰ 'ਚ ਵੀ ਟਿਕ ਜੂਗਾ, ਕਿ ਕਿਸਾਨ ਨੂੰ ਕੋਈ ਮਦਦ ਕੀਤੀ ਜਾਵੇ ਫਾਈਨੈਂਸ਼ੀਅਲੀ ਨਹੀਂ, ਇੱਕ ਰੋਡ ਮੈਪ ਦੇ ਰਾਹੀਂ। 2015 'ਚ ਮੈਂ ਮੋਦੀ ਸਾਹਿਬ ਨੂੰ ਚਿੱਠੀ ਲਿਖੀ, ਉਹ ਸੋਲਰ ਕਰਦੇ ਸੀ, ਮੈਂ ਕਿਹਾ ਭਾਈ ਗੱਲ ਹੈ ਕਿ ਵੀ ਤੁਸੀਂ ਮਲਟੀਨੈਸ਼ਨਲ ਵੀ ਬੁਲਾ ਲਏ, ਵੱਡੇ ਗਰੁੱਪ ਹਿੰਦੁਸਤਾਨ ਦੇ ਵੀ ਸੋਲਰ ਦੇ ਵਿੱਚ ਤੁਸੀਂ ਲੈ ਆਏ ਹੋ, ਅਤੇ ਬਟ ਯੂ ਹੈ ਫੋਰਗੋਟਨ ਦੀ ਸਨ ਆਫ ਦੀ ਸੋਇਲ। ਮੇਰਾ ਮੰਨਣਾ ਉਦਣ ਵੀ ਇਹੀ ਸੀ, ਮੇਰਾ ਮੰਨਣਾ ਆਪਣੀ ਸਰਕਾਰ 'ਚ ਵੀ ਸੀ, ਮੇਰਾ ਮੰਨਣਾ ਅੱਜ ਵੀ ਇਹ ਆ ਕਿ ਜ਼ਿਮੀਦਾਰ ਜਿਹੜਾ ਆ, ਸਾਡੀ ਫਰੈਗਮੈਂਟੇਸ਼ਨ ਆਫ ਲੈਂਡ ਹੋ ਰਹੀ ਆ, ਜ਼ਮੀਨਾਂ ਵੰਡੀਆਂ ਜਾ ਰਹੀਆਂ, ਅਤੇ ਖੇਤੀ ਸ਼ਾਇਦ ਉਨੀ ਲਾਹੇਵੰਦ ਨਾ ਹੋ ਪਾਵੇ। ਖਰਚਾ ਵਧੀਆ, ਇੱਕ ਪਰਿਵਾਰ ਜੇ 2 ਕਿੱਲੇ ਜਾਂ 1 ਕਿੱਲਾ ਜ਼ਮੀਨ ਹੈ, ਉਹਦੇ 'ਚ ਵੀ ਉਹਨੂੰ ਟਰੈਕਟਰ ਚਾਹੀਦਾ, ਸਾਰੇ ਇੰਪਲੀਮੈਂਟ ਚਾਹੀਦੇ ਆ, ਅਤੇ ਘੱਟੋ ਘੱਟ ਆਪਾਂ ਟੂ ਬਿਗਿਨ ਵਿਦ ਕਿਸਾਨ ਨੂੰ ਐਂਟਰਪ੍ਰੀਨਿਓਰ ਬਣਾਓ। ਦੂਸਰੀ ਗੱਲ, ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਅੱਜ ਪੰਜਾਬ ਦੇ ਵਿੱਚ ਡੀਪਲੀਟਿੰਗ ਵਾਟਰ ਟੇਬਲ ਆ, ਅਸੀਂ ਪਾਣੀ ਬਹੁਤ ਕੱਢ ਰਹੇ ਹਾਂ, ਆਟੋ ਸਟਾਰਟਰ ਲਾਏ ਆ, ਅਤੇ ਜਦੋਂ ਜ਼ਿਮੀਦਾਰ ਨੂੰ ਪਤਾ ਹੋਏਗਾ ਕਿ ਯਾਰ ਇਹ ਪੈਨਲ ਜੇ ਮੈਂ ਪਾਣੀ ਨਾ ਕੱਢਿਆ ਤਾਂ ਬਿਜਲੀ ਗ੍ਰਿਡ ਨੂੰ ਜਾਣੀ ਆ, ਉਹਦੇ ਮੈਨੂੰ ਪੈਸੇ ਮਿਲਣੇ ਆ, ਅਤੇ ਉਹ ਐਵੇਂ ਹਵਾ ਗਾਉਣ ਪਾਣੀ ਨਹੀਂ ਕੱਢੇਗਾ, ਆਟੋ ਸਟਾਰਟਰ ਨਹੀਂ ਲਾਏਗਾ। ਸੋ ਮੇਰਾ ਮਤਲਬ ਹੈ, ਜਿੱਥੇ ਕਿਸਾਨੀ ਦੀਆਂ ਗੱਲਾਂ ਕਰਨ ਦੀ ਲੋੜ ਆ, ਉੱਥੇ ਕਿਸਾਨ ਨੂੰ ਐਂਟਰਪ੍ਰੀਨਿਓਰ ਬਣਾਉਣ ਦੀ ਵੀ ਲੋੜ ਹੈ। ਰਾਣਾ ਜੀ ਆਪਾਂ ਸਿਆਸਤ ਵਾਲੇ ਪਾਸੇ ਆਈਏ ਵਾਪਸ। ਅੱਛਾ, ਸਿਆਸਤ, ਮੌਜੂਦਾ ਸਿਆਸਤ ਲੋਕ ਸਭਾ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿਹੜੇ ਮੁੱਦਿਆਂ 'ਤੇ ਸਿਆਸਤ ਜਿਹੜੀ ਇਸ ਵਾਰ ਹੋਣੀ ਚਾਹੀਦੀ ਹੈ ਅਤੇ ਚੱਲ ਰਹੀ ਹੈ? ਦੇਖੋ, ਪੰਜਾਬ ਦੀ ਜੇ ਗੱਲ ਕਰੀਏ, ਹਰ ਸਟੇਟ ਦੇ ਆਪਣੇ ਆਪਣੇ ਮੁੱਦੇ ਨੇ, ਔਰ ਪੰਜਾਬ ਔਰ ਜ਼ਿਆਦਾਤਰ ਜਿਹੜੇ ਸਿੱਖ, ਰਾਜਪੂਤ, ਮਾਰਸ਼ਲ ਕੌਮਾਂ ਜਿਹੜੀਆਂ, ਇਹਨਾਂ ਦੇ ਬੱਚੇ ਫੌਜ 'ਚ ਬਹੁਤ ਜਾਂਦੇ ਸੀ, ਹੁਣ ਤਾਂ ਸਾਰੇ ਜਾਣ ਲੱਗ ਪਏ, ਬਟ ਇਹਨਾਂ ਦਾ ਮਨ ਜ਼ਿਆਦਾ ਹੁੰਦਾ ਫੌਜ 'ਚ, ਅਤੇ ਅਗਨੀਵੀਰ ਬਣਾਤੇ, ਅਤੇ ਯਾਰ ਉਹ ਦੇਖੋ ਕਿੱਡਾ ਵੱਡਾ ਇੱਕ ਬੱਚੇ ਨਾਲ ਜਾਂ ਆਪਣੇ ਮੁਲਕ ਦੇ ਲੋਕਾਂ ਨਾਲ ਵਿਸ਼ਵਾਸਘਾਤ ਆ। ਹਾਫ ਹਾਰਟਡਲੀ ਬਣਦੇ ਲੋਕ ਅਗਨੀਵੀਰ, ਕੋਈ ਖੁਸ਼ੀ ਨਾਲ ਨਹੀਂ ਬਣਦੇ, ਕੁਛ ਹੋਰ ਕਰਨ ਨੂੰ ਨਹੀਂ, ਲੇਕਿਨ ਜਿੱਦਣ ਇਸ ਮੁਲਕ ਨੂੰ ਲੋੜ ਪਏਗੀ ਕਿ ਕੁਰਬਾਨੀਆਂ ਦੇਣ ਦੀ, ਉਦਣ ਯਾਦ ਕਰਨਗੇ ਕਿ ਭਾਈ ਇਹ ਸਾਡੀ ਗਲਤੀ ਸੀ। ਸੋ ਇੱਕ ਬੜਾ ਵੱਡਾ ਇਸ਼ੂ ਆ। ਫਿਰ ਉਹਦੇ ਬਾਅਦ ਕਿਸਾਨੀ ਦੇ ਮੁੱਦੇ, MSP, ਉਹ ਇੱਕ ਬੜਾ ਵੱਡਾ ਇਸ਼ੂ ਆ। ਫਿਰ ਜਿਹੜੀਆਂ ਬਾਰਡਰ ਦੇ ਸਟੇਟਸ ਨੇ, ਇਹਨਾਂ ਬਾਰੇ
ਡਿਵੈਲਪਮੈਂਟ ਕਿੱਦਾਂ ਹੋਊਗੀ ਇਹਦੀ ਸੋਚਣ ਦੀ ਲੋੜ ਹੈ। ਕਿਸਾਨ ਰਾਣਾ ਜੀ ਧਰਨੇ 'ਤੇ ਬੈਠੇ ਆ, ਲਗਾਤਾਰ ਬਾਰਡਰਾਂ 'ਤੇ ਬੈਠੇ ਆ। ਦੇਖੋ ਲੋਕ ਸਭਾ ਚੋਣਾਂ ਦੇ ਨੇੜੇ ਜਾ ਕੇ ਲੱਗਦਾ ਸੀ ਵੀ ਕਿਤੇ ਨਾ ਕਿਤੇ ਸਰਕਾਰ 'ਤੇ ਦਬਾਅ ਬਣੂਗਾ, ਪਰ ਗੱਲ ਨਹੀਂ ਬਣੀ। ਸਰਕਾਰ ਨੇ ਤਾਂ ਦਬਾਅ ਝੱਲਿਆ ਹੀ ਨਹੀਂ, ਉਹ ਉਵੇਂ ਬੈਠਣਾ ਪੈ ਗਿਆ, ਚੋਣਾਂ ਅਨਾਊਂਸ ਹੋ ਗਈਆਂ, ਚੋਣ ਜ਼ਾਬਤਾ ਲੱਗ ਗਿਆ। ਐਸੇ ਹਾਲਾਤਾਂ ਦੇ ਵਿੱਚ ਤੁਹਾਡੀ ਪਾਰਟੀ ਨੇ, ਕਾਂਗਰਸ ਨੇ ਇਹ ਐਲਾਨ ਕਰਤਾ ਵੀ ਅਸੀਂ ਚੋਣ ਮੈਨੀਫੈਸਟੋ 'ਚ ਰੱਖਤਾ ਵੀ ਅਸੀਂ ਲਾਗੂ ਕਰਾਂਗੇ, ਅਸੀਂ MSP ਕਾਨੂੰਨ, ਗਰੰਟੀ ਕਾਨੂੰਨ ਲੈ ਕੇ ਆਵਾਂਗੇ। ਤਾਂ ਸੱਚੇ ਦਿਲ ਨਾਲ ਦੱਸਿਓ, ਇਹਦੇ 'ਤੇ ਲੋਕ ਯਕੀਨ ਕਰ ਲੈਣ? ਕਿਉਂ ਨਾ ਕਰਨ, ਵਾਅਦੇ ਤਾਂ ਅੱਗੇ ਵੀ ਬਹੁਤ ਹੁੰਦੇ ਆ। ਕਿਉਂ ਨਾ ਕਰਨ MSP? ਪਹਿਲਾਂ ਵੀ ਤਾਂ ਬੜੇ ਵਾਰੀ ਵਾਅਦੇ ਹੋਏ। ਨਹੀਂ, ਕੋਈ ਵਾਅਦਾ ਨਹੀਂ, ਅਸੀਂ ਵਾਅਦਾ ਜਦੋਂ ਕੀਤਾ ਕਿ MSP ਹੋਣੀ ਚਾਹੀਦੀ ਆ, ਇਹ ਦੇਣ ਕਾਂਗਰਸ ਪਾਰਟੀ ਦੀ ਆ। ਹੁਣ ਕਿਸਾਨਾਂ ਦੀ ਡਿਮਾਂਡ ਹੈ ਕਿ ਵੀ ਇਹਨੂੰ ਥੋੜ੍ਹਾ ਜਿਹਾ ਹੋਰ ਵਧਾਓ ਯਾਰ, ਉਹ ਫਿਰ ਵਧਾਉਣਾ ਪਊਗਾ, ਵਧਾਉਣਾ ਚਾਹੀਦਾ ਆ, ਕਿਸਾਨ ਬਾਰੇ ਸੋਚਣਾ ਚਾਹੀਦਾ। ਤੁਹਾਨੂੰ ਦਿਲੋਂ ਯਕੀਨ ਹੈ ਕਿ ਹੋ ਜਾਏਗਾ? ਬਿਲਕੁਲ ਹੋਏਗਾ, ਮੈਨੂੰ ਦਿਲੋਂ ਯਕੀਨ ਹੈ। ਜਿਹੜਾ ਕੋਈ ਜੇ ਮੰਨ ਲਓ ਯਾਰ ਇੰਦਰ ਪ੍ਰਤਾਪ ਵਰਗੇ ਮੁੰਡੇ ਉੱਥੇ ਜਾਣਗੇ, ਬੋਲਣਗੇ, ਪਾਰਟੀ ਤਾਂ MP ਦੀ ਆ ਨਾ, ਅਤੇ ਜੇ ਸਾਡੇ ਬੰਦੇ ਰੌਲਾ ਪਾਉਣਗੇ ਕਿਸਾਨ ਹਿੱਤ 'ਚ, ਤਾਂ ਹੋਣਗੀਆਂ ਗੱਲਾਂ, ਹੋਣਗੀਆਂ ਕਿਉਂ ਨਹੀਂ? ਚਲੋ ਬਹੁਤ ਵਧੀਆ ਗੱਲ, ਹੋਣਾ ਚਾਹੀਦਾ, ਪਰ ਮਗਰੋਂ ਕਹਿੰਦੇ ਆ ਕਿ ਪਾਰਟੀਆਂ ਪਹਿਲਾਂ ਕੁਛ ਹੋਰ ਹੁੰਦੀਆਂ, ਬਿਆਨ ਕੁਛ ਹੋਰ ਹੁੰਦੇ, ਮਗਰੋਂ ਚੀਜ਼ਾਂ ਬਦਲ ਜਾਂਦੀਆਂ। ਮੈਂ ਕਹਿੰਦਾ ਹੋ ਜੇ, ਪਰ ਰੱਬ ਨਾ ਕਰੇ, ਜੇ ਕਿਤੇ ਡਿੱਕਾ ਆਉਂਦਾ ਫਿਰ ਰਾਣਾ ਜੀ ਦਾ ਕੀ ਸਟੈਂਡ ਹੋਏਗਾ? ਰਾਣੇ ਦਾ ਸਟੈਂਡ ਕਿਸਾਨਾਂ ਦੇ ਨਾਲ ਹੋਵੇਗਾ, ਫਿਰ ਪਾਰਟੀ ਨਾਲ। ਫਿਰ ਪਾਰਟੀ ਨਾਲ ਨਹੀਂ ਹੋਏਗਾ ਜੇ ਸਾਡੇ ਕਿਸਾਨਾਂ ਦੀ ਗੱਲ ਨਾ ਮੰਨੀ। ਤਾਂ ਯਾਰ ਇੱਕ ਪੰਨਾ ਹੀ ਤਾਂ ਚਾਹੀਦਾ, ਉੱਥੇ ਇਹੀ ਲਿਖਣਾ ਕਿ ਮੈਂ ਰਿਜ਼ਾਈਨ ਕੀਤਾ, ਹੋਰ ਇਹ ਦੁਪਹਿਰੇ ਕੀ ਗੱਲ ਹੈ, ਕਰ ਦਿਆਂਗੇ ਕਿਸਾਨਾਂ ਦੇ ਹਿੱਤ 'ਚ, ਜੋ ਕਰਨਾ ਪਿਆ ਉਹ ਕਰਾਂਗੇ। ਅੱਛਾ ਚਲੋ, ਮੈਂ ਅੱਜ ਅਸਤੀਫਾ ਦੇ ਦਿਆਂ MLA ਕਿ MSP ਨਹੀਂ ਦਿੰਦੇ, ਮੈਂ ਅਸਤੀਫਾ ਨਹੀਂ ਨਾ ਦਿਓ ਜੀ। ਪਹਿਲਾਂ ਹੀ ਜਿਹੜਾ ਹੈਗਾ ਬਾਇਪੋਲ ਦਾ ਜਿਹੜਾ ਬੋਝ ਹੈ ਪਹਿਲਾਂ ਹੀ ਲੋਕਾਂ 'ਤੇ ਬੜਾ ਪੈਣਾ। ਫਿਰ ਨਾਲੇ ਤਾਂ ਇਹ ਤੋਂ ਤਾਂ ਬਚਿਓ, ਨਾਲੇ ਤਾਂ ਲਾਗੂ ਹੀ ਕਰਵਾ ਦਿਓ ਤੁਸੀਂ, ਲਾਗੂ ਹੀ ਕਰਵਾ ਦਿਆ ਜੇ ਤੁਸੀਂ। ਨਹੀਂ, ਪੂਰਾ ਲਾਗੂ ਕਰਾਵਾਂਗੇ, ਕੋਈ ਗੱਲ ਹੀ ਨਹੀਂ। ਰਾਣਾ ਜੀ ਦੋ ਸਾਨੂੰ ਅੰਦਰਲੀਆਂ ਗੈਲਰੀਆਂ 'ਚ ਵੀ ਦਿਖਾ ਦਿਓ, ਮੈਂ ਤਾਂ ਇੱਕ ਦੋ ਵਾਰੀ ਵੇਖੀਆਂ ਤੇ, ਪਰ ਮੈਂ ਕਹਿੰਦਾ ਇੱਕ ਗੱਲ ਮਨ 'ਚ ਧਾਰ ਲਓ, ਰਾਣਾ ਛੱਪਰਾਂ 'ਚ ਬਹਿਣ ਵਾਲਾ ਬੰਦਾ, ਰਹਿਣ ਵਾਲਾ ਬੰਦਾ ਸੀ, ਛੱਪਰਾਂ 'ਚ ਵੀ ਰਹੇ ਹਾਂ ਔਰ ਮਿਹਨਤ ਕੀਤੀ ਹੈ ਸਾਰੀ ਉਮਰ। ਬਾਕੀ ਸਿਆਸਤਦਾਨਾਂ ਨੂੰ ਤੁਸੀਂ ਪੁੱਛੋ। ਅੱਛਾ ਰਾਣਾ ਜੀ, ਸਿਆਸਤ ਵਾਲੇ ਪਾਸੇ ਫਿਰ ਆਪਾਂ ਜੰਪ ਕਰੀਏ। ਮੈਨੂੰ ਇਹ ਦੱਸਿਓ ਕਿ ਪਾਰਟੀਆਂ ਵੀ ਦੇਖਦੀਆਂ ਕਿ ਫਲਾਨੀ ਪਾਰਟੀ ਵਾਲਾ ਕਿਉਂ ਨਾ ਲੀਡਰ ਚੱਕ ਲਈਏ, ਤਾਂ ਲੀਡਰ ਵੀ ਸੋਚਦੇ ਆ ਜਿੱਤਿਆ ਮੈਂ ਇੱਧਰੋਂ ਹਾਂ, ਇੱਧਰ ਮੈਂ ਚੀਫ ਮਿਨਿਸਟਰ ਵੀ ਬਣ ਗਿਆ, ਇੱਧਰ ਮੈਂ ਮਿਨਿਸਟਰ ਵੀ ਬਣ ਗਿਆ, ਹੁਣ ਮੈਂ ਪਾਰਟੀ ਬਦਲ ਲਾਂ, ਐਸੀ ਵਿਚਾਰਧਾਰਾ, ਐਸੀ ਸੋਚ ਕਿਉਂ ਆਉਂਦੀ? ਇਸ ਕਰਕੇ ਕੀ ਸ਼ਾਰਟਕੱਟ ਆ, ਸ਼ਾਰਟਕੱਟ ਮਾਰਨਾ ਚਾਹੁੰਦੇ ਆ ਪੋਲੀਟੀਕਲ ਪਾਰਟੀਆਂ। ਔਰ ਅੱਜ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਨੇ 5-7 ਲੈਂਦੇ ਸੀਗੇ, ਉਹਨਾਂ ਦਾ ਕਾਂਗਰਸ ਪਾਰਟੀ ਨੂੰ ਫਾਇਦਾ ਕੀ ਹੋਇਆ? ਕਦੇ ਉਹਨਾਂ ਦੀ ਆਈਡੀਓਲੋਜੀ ਕਾਂਗਰਸ ਵਾਲੀ ਬਣ ਸਕਦੀ ਆ? ਇਸੇ ਤਰ੍ਹਾਂ ਮੈਂ ਕਿਸੇ ਹੋਰ ਪਾਰਟੀ ਚਲ ਜਾਂ, ਮੈਨੂੰ ਉੱਥੇ ਦੇ ਜਿਹੜੇ ਪੁਰਾਣੇ ਲੀਡਰ ਆ ਬਰਦਾਸ਼ਤ ਕਰਨਗੇ? ਉਹਨਾਂ ਦੇ ਰੀਤੀ ਰਿਵਾਜ਼, ਉਹਨਾਂ ਦੀਆਂ ਗੱਲ ਕਰਨ ਦੇ ਤਰੀਕੇ ਕਦੋਂ ਕਰਨੀ, ਮੈਂ ਸਿੱਖਿਆ ਹੀ ਨਹੀਂ, 65 ਦੀ ਮੇਰੀ ਉਮਰ ਹੈ, ਹਾਂਜੀ, ਅਤੇ ਇਹ ਬੜਾ ਔਖਾ ਹੋ ਜਾਂਦਾ ਜਾ ਕੇ ਐਡਜਸਟ। ਉਹ ਯਾਰ ਆਪਣੇ ਤਾਂ ਇਹ ਮੰਨਦੇ ਆ, ਆਪਣੇ ਤਾਂ ਇਹ ਮੰਨਦੇ ਆ, ਲੜਕੀ ਵੀ 24-25 ਸਾਲ ਦੀ ਵਿਆਹ ਦੇਣੀ ਚਾਹੀਦੀ ਆ, ਜੇ ਉਹ ਜਦ ਉਮਰ ਦੀ ਹੋ ਜਾਏ ਉਹਦੀਆਂ ਆਦਤਾਂ ਪੱਕ ਜਾਂਦੀਆਂ, ਫਿਰ ਉਹਦੇ ਲਈ ਐਡਜਸਟ ਕਰਨਾ ਔਖਾ ਹੋ ਜਾਂਦਾ। ਉੱਥੇ ਤਾਂ 50-60 ਸਾਲ ਦੇ ਅਸੀਂ ਚੱਕ ਚੱਕ ਕੇ ਲੈ ਕੇ ਜਾ ਰਹੇ ਹਾਂ, ਉਹਨਾਂ ਦੀਆਂ ਆਦਤਾਂ ਕਾਂਗਰਸੀ ਵਾਲੀਆਂ, ਲੈ ਜਾਓ BJP 'ਚ, ਫਿਰ ਵਾਪਸ ਹੀ ਆਉਣਗੇ ਖੁੰਡੀ ਸਹਾਰੇ ਵੀ। ਇੱਥੇ ਤਾਂ ਮੈਂ ਲੀਡਰ ਪਾਰਟੀਆਂ ਬਦਲਦੇ ਵੇਖਿਆ, ਉਹ ਚਲੋ ਅਨਫੋਰਚੁਨੇਟ। ਰਾਣਾ ਜੀ, ਚਰਚਾਵਾਂ ਤੁਹਾਨੂੰ ਲੈ ਕੇ ਵੀ ਬੜੀਆਂ ਕਿਤੇ ਨਾ ਕਿਤੇ ਛਿੜ ਪੈਂਦੀਆਂ, ਵੀ ਰਾਣਾ ਗੁਰਜੀਤ ਸਿੰਘ ਵੀ ਕਿਤੇ ਐਵੇਂ ਜੰਪ ਜੁੰਪੜਾ ਮਾਰ ਜਾਂਦੇ ਇੱਧਰ ਉੱਧਰ, ਕੀ ਰੀਤਾਂ ਵੱਡੀ ਕੁਰਸੀ ਦਿਖ ਜਾਂਦੀ? ਰਾਣੇ ਦਾ ਮੁੱਲ ਤਾਂ ਹੈ ਨਹੀਂ, ਜਿਹੜਾ ਮੁੱਲ ਹੋਏਗਾ, ਜਿੱਥੇ ਸ਼ਹਿਦ ਹੋਏਗਾ ਉੱਥੇ ਮਧੂਮੱਖੀਆਂ ਵੀ ਆਉਣੀ। ਫਿਰ ਐਂ ਨਾ ਕਰੋ, ਜਿਹੜੇ ਜੇ ਦੂਜੇ ਜਾਂਦੇ ਤਾਂ ਤੁਸੀਂ ਕਹਿੰਦੇ ਕਿ ਨਹੀਂ। ਮੈਂ ਗਿਆ ਤਾਂ ਨਹੀਂ। ਹਾਂ ਨਹੀਂ ਨਹੀਂ, ਮੈਂ ਤਾਂ ਗੱਲ ਕਰ, ਜਦੋਂ ਜਾਊਂਗਾ ਮੇਰੇ ਕੋਲ ਆ ਜਾਇਓ,
ਆਹੀ ਮੈਂ ਲੈ ਕੇ ਨਹੀਂ ਵੈਸੇ ਗੱਲਬਾਤ ਕੋਈ ਚੱਲੀ ਮਾੜੀ ਮੋਟੀ ਕੇਰੀ ਕੋਈ ਕੇਂਦਰ ਕੁੰਦਰ ਦੀ ਕੁਰਸੀ ਦਾ ਵੀ ਗੱਲ ਬਣ ਜਾਂਦੀ ਹੈ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਲੋਕਾਂ ਨੇ ਜੀ ਆਪਾਂ ਰਿਹਾਇਸ਼ ਵਾਲੇ ਪਾਸੇ ਫਿਰਦੇ ਹਾਂ ਅੰਦਰ ਨਹੀਂ ਵੈਸੇ ਕਹਿੰਦਾ ਕਿ ਬਾਹਰੋਂ ਬਾਹਰੋਂ ਦਿਖਾ ਦਿਓ ਇਹ ਬੈਡਰੂਮ ਨੇ ਸਾਰੇ ਪਰਿਵਾਰ ਇੱਧਰ ਦੋ ਗੈਸਟ ਰੂਮ ਹੈ ਓਕੇ ਇੱਧਰ ਡਾਇਨਿੰਗ ਟੇਬਲ ਹੈ ਖਾਣੇ ਦਾ ਅਗਲੇ ਡਾਇਨਿੰਗ ਇੱਧਰ ਸਾਡਾ ਪਰਿਵਾਰ ਦਾ ਅੱਛਾ ਇੱਧਰ ਡਾਇਨਿੰਗ ਵਾਲਾ ਪਾਸਾ ਦਿਖਾ ਸਕਦੇ ਹਾਂ ਫਿਰ ਹੈ ਨਾ ਦਿਖਾ ਦਿਓ ਤਾਂ ਇਹ ਰਾਣਾ ਜੀ ਦੇ ਠਾਠ ਪਾਠ ਨੇ ਰਾਣਾ ਜੀ ਇੱਕ ਗੱਲ ਸੁਣ ਲਿਓ ਜਿਸ ਬੰਦੇ ਨੂੰ ਸ਼ੌਕ ਨੀ ਬੰਦਾ ਹੀ ਨੀ ਫਿਰ ਉਹ ਸ਼ੌਕ ਪੂਰੇ ਕਰਨ ਲਈ ਸਾਰੀ ਉਮਰ ਖੋਤੇ ਵਾਂਗਰ ਕੰਮ ਕੀਤਾ ਰਾਣਾ ਜੀ ਤੁਸੀਂ ਦੇਖੋ ਆਪਾਂ ਜੇ ਕਿਸਾਨ ਦੇ ਤੌਰ ਤੇ ਵੇਖੀਏ ਤਾਂ ਤੁਸੀਂ ਕਾਮਯਾਬ ਹੋ ਗਏ ਕਿਸਾਨੀ ਕਾਮਯਾਬ ਹੋ ਗਈ ਬਿਜ਼ਨਸਮੈਨ 'ਚ ਤੁਸੀਂ ਬਿਜ਼ਨਸਮੈਨ ਦੇ ਤੌਰ 'ਤੇ ਵੀ ਕਾਮਯਾਬ ਹੋ ਗਏ ਇੱਕ ਲੀਡਰ ਵੀ ਹੋ ਲੀਡਰ ਦੇ ਤੌਰ 'ਤੇ ਜਿਹੜੀ ਹਮੇਸ਼ਾ ਤਾਂ ਵਾਲੀ ਕੁਰਸੀ ਵੱਲ ਨਿਗਾਹ ਜਾਂਦੀ ਰਹਿੰਦੀ ਹੈ ਕਿ ਪਹਿਲਾਂ MLA ਫਿਰ ਮੰਤਰੀ ਫਿਰ ਮੁੱਖ ਮੰਤਰੀ ਫਿਰ ਤਾਂ ਨੂੰ ਪ੍ਰਧਾਨ ਮੰਤਰੀ ਵਾਲੇ ਪਾਸੇ ਨੂੰ ਸੁਪਨੇ ਆਉਣ ਲੱਗ ਜਾਂਦੇ ਬੰਦੇ ਨੂੰ ਕਿੱਥੇ ਸਰਦਾ ਅਤੇ ਮੰਤਰੀ ਤੱਕ ਤੁਸੀਂ ਪਹੁੰਚ ਗਏ ਕਦੇ ਜ਼ਹਿਨ 'ਚ ਇਹ ਤਮਾ ਹੈ ਹਲੇ ਕਿ ਯਾਰ ਕੁਰਸੀ ਵਿਚਾਲੜੀ 'ਤੇ ਵੀ ਬਹਿਣਾ ਕਦੇ ਇਹ ਸੋਚੇ ਸੋਚਣਾ ਹੋਈ ਹੈ ਜੇ ਸੋਚੇ ਲਿਖਵਾ ਜੀ ਕਰਦਾ ਕਿ ਨਹੀਂ ਮੈਂ ਤਾਂ ਗੱਲ ਆ ਗੱਲ ਆ ਇਹ ਚੰਨੀ ਨੇ ਸੋਚਿਆ ਸੀ ਮੈਂ ਬੈਠੂ ਕੀ ਪਤਾ ਰੋਜ਼ ਦੂਜੇ ਵਾਲੇ ਨੇ ਸੋਚਿਆ ਸੀ ਮੈਂ ਕੀ ਪਤਾ ਰੋਜ਼ ਸੋਚਦੇ ਦੂਜੇ ਵਾਲੇ ਨੇ ਸੋਚਿਆ ਸੀ ਮੈਂ ਡਿਪਟੀ ਆ ਕੀ ਪਤਾ ਉਹ ਵੀ ਸੋਚਦੇ ਹੋਣ ਚਲੋ ਜੇ ਉਹ ਸੋਚਦੇ ਸੀਗੇ ਬਣ ਗਏ ਬੜੀ ਅੱਛੀ ਗੱਲ ਆ ਨਹੀਂ ਸੁਪਨਾ ਲੈਂਦੇ ਤਾਂ ਨਹੀਂ ਕੋਈ ਸੁਪਨਾ ਨਹੀਂ ਮਾਲਕ ਦੀ ਮਰਜ਼ੀ ਆ ਮੈਂ ਤਾਂ ਯਾਰ MLA ਬਣਨ ਦਾ ਸੁਪਨਾ ਨਹੀਂ ਲਿਆ ਸੀ MLA ਬਣ ਲੈ MP ਵੀ ਬਣ ਲੈ ਵਜ਼ੀਰ ਵੀ ਬਣ ਲੈ ਇਹਨਾਂ ਪ੍ਰਸਥਿਤੀਆਂ 'ਚ ਆਜ਼ਾਦ ਮੁੰਡਾ ਵੀ ਜਿਤਾ ਲਿਆ ਜਿਤਾਉਣ ਵਾਲਾ ਮਾਲਕ ਆ ਨਹੀਂ ਜਿੱਤਿਆ ਤਾਂ ਰਾਣਾ ਇੰਦਰ ਪ੍ਰਤਾਪ ਹੈ ਨਾ ਗੁਰੂ ਨਾਨਕ ਦੀ ਮਿਹਰ ਹੋਈ ਉਹਦਾ ਸ਼ੁਕਰ ਕਰਦੇ ਹਾਂ ਅੱਛਾ ਪਾਰਟੀ ਨੂੰ ਕੋਈ ਸਲਾਹ ਦੇਣੀ ਹੈ ਜਿਵੇਂ ਇੱਕ ਸੱਜੇ ਭੱਜ ਜਾਂਦਾ ਖੱਬੇ ਭੱਜ ਜਾਂਦਾ ਇਹ ਮੇਰੇ ਨਾਲ ਸਾਰੇ ਹੀ ਸੀਨੀਅਰ ਹੈ ਸਾਰੇ ਹੀ ਸੂਝਵਾਨ ਹੈ ਇਹ ਬਈ ਮੈਂ ਇਹਨਾਂ ਨੂੰ ਸਲਾਹ ਦੇਣ ਲਾਇਕ ਨਹੀਂ ਸਮਝਦਾ ਆਪਣੇ ਆਪ ਨੂੰ ਮਾਦਾ ਹੈ ਨਹੀਂ ਅਜੇ ਨਾ ਮੇਰੀਆਂ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਕਿ ਮੈਂ ਏਡੇ ਏਡੇ ਵੱਡੇ ਲੀਡਰਾਂ ਨੂੰ ਸਲਾਹ ਦਿਆਂ ਜਿਹੜੇ ਮੁੱਖ ਮੰਤਰੀ ਉਮੀਦਵਾਰ ਕਿੰਨੇ ਆ ਤੁਹਾਡੇ ਕੋਲ 5-7 ਹੈਗੇ ਉਦਾਹਰਨ ਤੁਰਨ ਦੇਈਏ ਕੋਈ ਨਾ ਉਹਦੇ ਰਾਣਾ ਗੁਰਜੀਤ ਸਿੰਘ ਦੀ ਸਾਰਿਆਂ ਨਾਲ ਹੀ ਬਹੁਤ ਵਧੀਆ ਯਾਰੀ ਦੋਸਤੀ ਹੈ ਪਾਰਟੀ ਚਾਹੇ ਹੁਣ ਵਾਲੀ ਸੱਤਾ ਧਿਰ ਹੋਵੇ ਚਾਹੇ ਅਕਾਲੀ ਦਲ ਹੋਣ ਚਾਹੇ BJP ਦੇ ਸਾਰਿਆਂ ਨਾਲ ਬੜਾ ਪਿਆਰ ਹੈ ਤੁਸੀਂ ਹਲਕੇ ਚੱਲਿਓ ਮੇਰੇ ਮੇਰੇ ਨਾਲ ਹਰ ਬੰਦਾ ਜੱਫੀ ਪਾ ਕੇ ਮੈਂ ਕਹੋ ਉਹ ਆਨੰਦ ਭਾਵੇਂ ਪਸੀਨਾ ਭੇਜਿਆ ਹੋਵੇ ਉਹ ਆਨੰਦ ਜਿਹੜਾ ਰਾਣੇ ਨੂੰ ਆਉਂਦਾ ਨਾ ਹਾਏ ਹਾਏ ਬੜਾ ਵਧੀਆ ਲੱਗਦਾ ਹੋਰ ਦੂਸ਼ਣਬਾਜ਼ੀ ਰਿਵਾਜ ਹੋ ਗਿਆ ਔਰ ਲੋਕ ਵੀ ਕਹਿੰਦੇ ਯਾਰ ਇਹਨੇ ਗੱਡ ਕੇ ਸਟੇਟਮੈਂਟ ਦਿੱਤੀ ਤੁਹਾਡੀ ਸਟੇਟਮੈਂਟ ਅੱਜ ਦਿੱਤੀ ਆ ਕੱਲ੍ਹ ਨੂੰ ਉਹਦੇ 'ਤੇ ਪੈਰਵਾਈ ਪਹਿਰਾ ਦਿੱਤਾ ਕਿ ਨਹੀਂ ਦਿੱਤਾ ਕਦੇ ਵੀ ਨਹੀਂ ਕਿਸੇ ਨੇ ਦਿੱਤਾ ਆਪਾਂ ਜ਼ਿੰਦਗੀ 'ਚ ਚਾਹੇ ਬਾਹਰ ਹੋਈਏ ਜਨਤਾ 'ਚ ਚਾਹੇ ਵਿਧਾਨ ਸਭਾ 'ਚ ਹੋਈਏ ਮੁੱਦੇ ਅਸੀਂ ਵੀ ਚੱਕਦੇ ਹਾਂ ਲੇਕਿਨ ਜੇ ਕ੍ਰਿਟੀਸਾਈਜ਼ ਸਰਕਾਰ ਨੂੰ ਕ੍ਰਿਟੀਸਾਈਜ਼ ਕਰੀਦਾ ਕਿ ਤੁਸੀਂ ਆਹ ਨਹੀਂ ਕੀਤਾ ਨਾਲ ਉਹਦਾ ਸੋਲਿਊਸ਼ਨ ਦੇਈਦਾ ਸੋਲਿਊਸ਼ਨ ਦੇਣਾ ਬੜਾ ਜ਼ਰੂਰੀ ਆ ਕ੍ਰਿਟੀਸਾਈਜ਼ ਕਰਨਾ ਤਾਂ ਬਹੁਤ ਸੌਖਾ ਜ਼ਬਾਨ ਤੇ ਕਹਿੰਦੇ ਕੰਟਰੋਲ ਵੀ ਬੜਾ ਜ਼ਰੂਰੀ ਬਹੁਤ ਜ਼ਰੂਰੀ ਆ ਜਿਹਨਾਂ ਦਾ ਬੜਾ ਘੱਟ ਹੈ ਕਹਿੰਦੇ ਲੀਡਰਾਂ ਦਾ ਅਤੇ ਭੁਗਤ ਵੀ ਉਹੀ ਰਹੇ ਸਾਡਾ ਕੀ ਲੈ ਰਿਹਾ ਅੱਛਾ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਚਾਰ ਨੂੰ ਪਤਾ ਲੱਗ ਜਾਣਾ ਜੀ ਕਿ ਕੌਣ ਕੌਣ ਕਿਤਨੇ ਪਾਣੀ ਮੈਂ ਆਹ ਪਿੱਛੇ ਕੀ ਚੀਜ਼ ਬਣੀ ਰਹਿਣਾ ਜੀ ਇਹ ਬਿਲਕੁਲ ਓਪਨ ਹੈ ਕੋਰਟ ਯਾਰਡ ਆ ਅੱਛਾ ਜੀ ਇੱਥੇ ਫੰਕਸ਼ਨ ਕਰਦੇ ਬੈਠ ਨਾ ਜਦੋਂ ਮੌਸਮ ਸਹੀ ਹੋਵੇ ਜੀ ਤਾਂ ਉਹਦੇ ਥੱਲੇ ਥੋੜ੍ਹਾ ਜਿਹਾ
ਡੈਕੋਰੇਸ਼ਨ ਕੀਤੀ ਸੀ, ਚੇਂਜ ਕਰ ਰਹੇ ਹੋ ਕੁਝ ਤਬਦੀਲੀਆਂ ਕਰ ਰਹੇ ਹੋ? ਕੋਈ ਤਬਦੀਲੀ ਨਹੀਂ, ਉਹ ਪਿੱਛੇ ਜੇ ਝਾੜ ਜੇ ਉੱਪਰ ਪਾਏ ਸੀਗੇ ਜੀ, ਉਦਾਂ ਹੀ ਉਹਨੂੰ ਚ ਲਾਈਟਾਂ ਲਾਈਆਂ ਸੀਗੀਆਂ। ਅੱਛਾ ਰਾਣਾ ਜੀ, ਅਖੀਰ ਤੇ ਆਉਂਗਾ ਮੈਂ ਚੜਾਉਣ ਆਪਾਂ ਨਵੇੜਨ ਵਾਲੇ ਪਾਸੇ ਹੋਈਏ। ਪਾਰਲੀਮੈਂਟ ਦੇ ਵਿੱਚ ਤੁਸੀਂ ਪਹਿਲਾਂ ਸਪਸ਼ਟ ਕਰ ਚੁੱਕੇ ਹੋ ਉਮੀਦਵਾਰ ਤੁਸੀਂ ਆਪਦੇ ਪੁੱਤਰ ਨੂੰ ਚੋਣ ਲੜਾਉਣੀ ਹੈ। ਰਾਣਾ ਇੰਦਰ ਪ੍ਰਤਾਪ ਲੜੂਗਾ ਅਗਰ ਪਾਰਟੀ ਟਿਕਟ ਦਿੰਦੀ।